mind often wanders into the past, and sometimes to a distant past. Who knows where this little girl's mind is taking her to? The year is 2005. Four girls are returning from school. They are happy and chirpy, unaware of the fact that one of them is not going to be in school the next day. When I heard about a girl named Gurjot Kaur claiming to have lived a past life in village Alal, which is about 20 kilometers from her home, I set out to meet her and document her claims. The case was being reported on the social media, but without any details about her whereabouts. The only thing I could narrow down upon was that she lives in a village called Panjgraya. ਬੇਟੀ ਬਾਰੇ ਚ ਮੈਂ ਸੁਣਿਆ ਸੀਗਾ, ਇਹ ਕੀ ਕਹਿੰਦੀ ਸੀਗੀ? ਕੀ ਇਹਦੇ ਇੱਕ ਤਾਂ ਜੀ ਇਹਦਾ ਜਦੋਂ 2.5 ਸਾਲ ਦੀ ਹੋਈ ਜੀ, ਇਹਦਾ 2008 ਦਾ ਮੈਨੂੰ ਦੱਸਿਆ, ਮੈਂ ਕਿਹਾ ਸੁਪਨਾ ਵਗੈਰਾ ਆਇਆ ਹੋਣਾਗਾ, ਮੈਂ ਵੀ ਗੱਲ ਆਏਗੀ ਕਰਤੀ, ਅਨਗੋਲੀ ਕਰਤੀ। ਉਸ ਤੋਂ ਬਾਅਦ ਮੇਰੇ 2 ਬੱਚੇ ਹੋਰ ਨੇ, ਉਹਨਾਂ ਨੂੰ ਨਾਲ ਲੈ ਕੇ ਮੇਰੀ ਮਿਸਿਜ ਨਾਲ ਸੀ। ਅਸੀਂ ਜਾ ਰਹੇ ਸੀ ਤੇ ਉੱਥੇ ਰਸਤੇ 'ਚ ਰੇਲਵੇ ਟਰੈਕ 'ਤੇ ਫਾਟਕ ਲੱਗ ਗਿਆ, ਰੇਲ ਆ ਰਹੀ ਸੀ। ਇਹ ਜਦੋਂ ਉੱਥੇ ਬੈਠੀ ਬੈਠੀ ਕਹਿੰਦੇ ਜੀ ਵੀ ਇਹਦੇ 'ਚ ਸੀਟਾਂ ਆਉਂਦੀਆਂ, ਇਹਨੂੰ ਐਂ ਕਰ ਲਓ ਬੰਦਾ ਬਹਿ ਜਾਂਦਾ, ਐਂ ਕਰ ਲਓ ਬੰਦਾ ਪੈ ਜਾਂਦਾ। ਮੈਂ ਇਹਨੂੰ ਪੁੱਛਿਆ ਵੀ ਤੈਨੂੰ ਕਿਵੇਂ ਪਤਾ ਗਾ? ਕਿਉਂ ਮੇਰੇ ਦੂਸਰੇ ਬੱਚੇ ਨੇ ਕਹਿੰਦੇ ਟ੍ਰੇਨ ਚੜ੍ਹੇ ਸੀ ਜੀ। ਮੈਂ ਕਿਹਾ ਵੀ ਤੈਨੂੰ ਕਿਵੇਂ ਪਤਾ? ਇਹ ਕਹਿੰਦੀ ਵੀ ਅਸੀਂ ਮੇਰੇ ਡੈਡੀ ਕੋਲ ਨਾਲ ਜਾਂਦੇ ਹੁੰਦੇ ਸੀ ਅਤੇ ਉਦੋਂ ਅਸੀਂ ਜਾਂਦੇ ਹੁੰਦੇ ਹੈਗੇ ਟ੍ਰੇਨ ਦੇ 'ਚ। ਇਹਨਾਂ ਦੇ ਪਿੰਡ ਜਿਹੜਾ ਤਾਂ ਪਿਛਲਾ ਪਿੰਡ ਆ ਅਲਾਣਾ, ਉੱਥੇ ਰੇਲਵੇ ਸਟੇਸ਼ਨ ਆ ਜੀ, ਉੱਥੇ ਇਹ ਰੇਲ ਦਿੱਤੀ ਜਾਂਦੇ ਰਹਿੰਦੇ ਸੀ ਉਹਦੇ ਕਰਕੇ। ਅਤੇ ਫਿਰ ਮੈਨੂੰ ਇਸ ਗੱਲ 'ਤੇ ਯਕੀਨ ਆਉਣ ਲੱਗ ਗਿਆ ਜੀ। ਫਿਰ ਅਸੀਂ ਘਰ ਸਾਡੇ ਪਾਠ ਪ੍ਰਕਾਸ਼ ਹੁੰਦਾ ਸੀ ਅਤੇ ਉਹਨਾਂ ਨੇ ਜਿਹੜਾ ਸਾਡੇ ਬਾਬਾ ਸੀ ਉਹ ਅਲਾਣਾ ਪਿੰਡ ਦਾ ਸੀ ਗ੍ਰਾਂਥੀ, ਉਹਨੇ ਪਿੰਡ ਜਾ ਕੇ ਦੱਸਿਆ ਉੱਥੇ ਵੀ ਐਂ ਕਰਕੇ ਵੀ ਪੰਜਗਰੀਆਂ ਇੱਕ ਕੁੜੀ ਦਾ ਜਨਮ ਹੋਇਆ ਕਿ ਉਹ ਅਲਾਣਾ ਪਿੰਡ ਦੀ ਦੱਸਦੀ ਆ ਵੀ ਪਿੰਡ ਹੌਲੀ ਗੱਲ ਚੱਲਦੀ ਚੱਲਦੀ ਜੀ, ਛੋਟਾ ਪਿੰਡ ਆ ਜੀ, ਬਾਹਲਾ ਵੱਡਾ ਨਹੀਂ ਹੈਗਾ। ਇਹਨਾਂ ਦੇ ਘਰ ਗੱਲ ਵੱਗ ਗਈ ਅਤੇ ਮੈਂ ਵੀ ਉੱਥੇ ਜਾ ਕੇ ਦੱਸਿਆ ਸੀ ਇੱਕ ਦੋ ਬੰਦੇ ਨੂੰ, ਯਾਰ ਮੇਰੇ ਪਿੰਡ ਕੁੜੀ ਆ ਗਈ, ਉਹਦੀ ਡੈਥ ਹੋਈ ਵੀ ਇੱਥੇ ਬੱਸ ਦੇ ਥੱਲੇ ਆ ਕੇ, ਵੀ ਜੇ ਕਿਸੇ ਦੀ ਹੋਵੇ ਤਾਂ ਅਗਲਾ ਮਿਲ ਜਾਂਦਾ। ਫਿਰ ਇਹਦੀ ਕੁੜੀ ਦੀ ਮੰਮੀ, ਇਹਦਾ ਡੈਡੀ ਆਇਆ ਸੀ ਇੱਥੇ, ਨਾਲ ਫੋਟੋ ਲਿਆ, ਨਾਲ ਇੱਕ ਬੰਦਾ ਹੋਰ ਆਇਆ ਉਹਦੇ ਜੀ, ਅਤੇ ਇਹਨੇ ਉਹਨੂੰ ਦੇਖ ਕੇ ਦੱਸਤਾ ਸੀ, ਕਹਿੰਦੀ ਮੇਰਾ ਡੈਡੀ ਆਏ। ਆਪਦੀ ਮੰਮੀ ਨੂੰ ਕਹਿੰਦੀ, ਕਹਿੰਦੀ ਮੇਰਾ ਡੈਡੀ ਆਇਆ। ਉਹ ਕਹਿੰਦੇ ਡੈਡੀ ਤਾਂ ਇੱਥੇ ਆ ਗਿਆ, ਤੇਰਾ ਡੈਡੀ ਕਰਕੇ? ਕਹਿੰਦੀ ਨਹੀਂ, ਮੇਰਾ ਦੂਜਾ ਲਾਲਾ ਡੈਡੀ, ਨਾਲ ਦੂਸਰਾ ਬੰਦਾ ਸੀ। ਉਹਨਾਂ ਨੇ ਦੱਸਿਆ, ਉਹਨੇ ਫੋਟੋਆਂ ਲੈਂਦੀਆਂ, ਇਹਨੇ ਫੋਟੋਆਂ ਪਹਿਚਾਣਦੀਆਂ ਕਿ ਆਹ ਮੇਰੀ ਫੋਟੋ ਜੀ। ਉਸ ਤੋਂ ਬਾਅਦ ਉਹ ਆਪਦੇ ਪਿੰਡ ਚੱਲ ਗਏ ਜੀ, ਉਹਨਾਂ ਨੇ ਜਾ ਕੇ ਪਿੰਡ ਘਰ ਦੱਸਿਆ ਜੀ। ਫਿਰ ਇਹਦੀ ਮੰਮੀ ਆਈ, ਉਹ ਉਦੋਂ ਮਿਲੇ ਨਹੀਂ ਹੈਗੇ ਕੋਈ, ਇਹ ਨਾਨਕੇ ਗਈ ਸੀ। ਫਿਰ ਉਸ ਤੋਂ ਬਾਅਦ ਪਿੰਡ ਦੀਆਂ ਹੋਰ ਕੁੜੀਆਂ
ਹੋਰ ਕਾਫੀ ਲੋਕ ਆਏ ਸੀ ਦੋ ਬੰਦੇ ਭਰ ਕੇ ਫਿਰ ਉਹਨੂੰ ਮਿਲ ਕੇ ਕਹਿੰਦੇ ਕੱਲੀ ਕੱਲੀ ਨੂੰ ਸੁਣਾਉਣ ਲੱਗੇ ਆ ਮੇਰੀ ਚਾਚੀ ਆ ਤਾਈ ਆ ਆਹ ਮੇਰੀ ਭਾਬੀ ਆ ਉਹਨਾਂ 'ਚ ਦੋ ਕੁੜੀਆਂ ਸੀ ਉਹਨਾਂ ਨੂੰ ਭਾਬੀ ਦੱਸਦੀ ਸੀ ਇੱਕ ਨੂੰ ਕਹਿੰਦੇ ਮੇਰੀ ਪੱਕੀ ਭਾਬੀ ਆ ਇੱਕ ਨੂੰ ਕੱਚੀ ਭਾਬੀ ਇਸ ਤਰ੍ਹਾਂ ਉਹਨਾਂ ਨਾਲ ਇਹਨੇ ਸਾਰੀ ਦੀ ਜਾਣ ਪਹਿਚਾਣ ਹੋ ਗਈ ਗੁਰਜੋਤ ਦਾ ਜਨਮ ਕਦੋਂ ਹੋਇਆ ਸੀਗਾ 2008 ਵੀ ਜਿਹੜਾ ਅਸੀਂ ਕੋਈ ਫਰਾਕ ਵਗੈਰਾ ਪਾਏ ਇਹਨੇ ਪਾਉਣੀ ਨਹੀਂ ਕਿਉਂਕਿ ਮੈਂ ਕਾਲਾ ਸੂਟ ਹੀ ਪਾਉਣਾ ਫਿਰ ਸਾਨੂੰ ਨਹੀਂ ਇੰਨਾ ਪਤਾ ਸੀਗਾ ਫਿਰ ਇਹਦੀ ਦਾਦੀ ਨੇ ਗੱਲ ਕੀਤੀ ਕਿਸੇ ਪਾਠੀ ਕੋਲ ਉਹ ਕਹਿੰਦੀ ਵੀ ਇੱਦਾਂ ਕਰਕੇ ਵੀ ਸਾਡੀ ਕੁੜੀ ਕਹਿੰਦੀ ਆ ਲਾਲਾ ਕਿਸੇ ਪਿੰਡ ਵੀ ਇੱਦਾਂ ਹਾਸਤਾ ਹੋ ਗਿਆ ਉਹਦੇ ਨਾਲ ਵੀ ਤੂੰ ਉਹਨੇ ਪਤਾ ਕਰਕੇ ਉੱਥੋਂ ਦੱਸੀ ਹੋ ਗਿਆ ਫਿਰ ਮਾੜੀ ਜਿਹੀ ਉਹਨਾਂ ਨੇ ਗੱਲ ਕੀਤੀ ਫਿਰ ਉਹ ਆਪ ਹੀ ਆ ਗਈ ਇੱਥੇ ਲਾਣਾ ਫਿਰ ਉਹਨੇ ਦਿਖਾਈ ਵਿਆਹ ਕਹਿੰਦੀ ਆਪ ਦੀ ਫੋਟੋ ਵੀ ਵਿਛਾ ਲਈ ਜਿਹੜੀਆਂ ਆਈਆਂ ਸੀ ਜੀ ਗੱਡੀ ਵਰਗੀ ਉਹਨਾਂ ਨੂੰ ਵੀ ਵੀ ਸਾਨੂੰ ਫਿਰ ਉਹਨਾਂ ਨੇ ਕਾਲਾ ਸੂਟ ਉਹਨਾਂ ਨੂੰ ਗਿਆ ਸੀਗਾ ਜੀ ਉਹਨਾਂ ਨੇ ਟਰੰਕ 'ਤੇ ਉੱਥੇ ਧਰਿਆ ਹੋਇਆ ਸੀ ਵੀ ਉੱਥੇ ਟਰੰਕ ਇਹਨਾਂ ਦੀ ਪੇਟੀ 'ਤੇ ਧਰਿਆ ਹੋਇਆ ਸੀ ਉੱਥੇ ਉਹ ਅਗਲੇ ਸਾਲ ਦਾ ਜਿਹੜਾ ਪਿਛਲਾ ਸੀਗਾ ਉਹਨਾਂ ਦਾ ਤੇ ਉਸ ਟਾਈਮ ਤੁਹਾਡੇ ਨਾਲ ਵੀ ਪਿਆਰ ਕਰਦੀ ਸੀਗੀ ਜਦੋਂ ਹਾਂਜੀ ਪਿਆਰ ਤਾਂ ਕਰਦੀ ਸੀ ਉਹ ਮੂੰਹ ਤਾਂ ਨਹੀਂ ਜ਼ਿਆਦਾ ਝੱਕ ਦਿੰਦੀ ਸੀ ਵੀ ਇਹ ਕੌਣ ਨੇ ਜੇ ਕਹਿਣਾ ਤੇਰੇ ਦਾਦੇ ਕੋਲ ਵਗ ਜਾ ਮੂੰਹ ਤਾਂ ਨਹੀਂ ਜ਼ਿਆਦਾ ਧੱਕਦੀ ਸੀ ਵੀ ਹਾਂ ਪਛਾਣ ਜੀ ਜਿਵੇਂ ਬਾਹਲਾ ਵੀ ਐਂ ਕਾਹਤੋਂ ਝੱਕੀ ਜਾਂਦੀ ਹੈ ਜੀ ਐਂ ਲੱਗਦਾ ਹੁੰਦਾ ਸੀਗਾ ਸਾਨੂੰ ਲੇਕਿਨ ਫਿਰ ਜਦੋਂ ਹੌਲੀ ਹੌਲੀ ਆਹ ਗੱਲ ਜੀ ਪਤਾ ਲੱਗੀ ਵੀ ਇਹ ਸਾਨੂੰ ਪਹਿਲਾਂ ਭੁਲੇਖਾ ਜਿਹਾ ਵੀ ਆਏ ਸੀਗੇ ਜੀ ਦੋ ਗੱਡੀਆਂ ਭਰ ਕੇ ਸਾਨੂੰ ਐਵੇਂ ਸੀ ਮੇਰਾ ਦਿਲ ਵੀ ਹਾਂ ਵੀ ਇਹਨੂੰ ਲੈ ਲੈਣਾ ਜਿਹੜਾ ਫਿਰ ਵਿਚਾਰੇ ਤੇ ਹੁਣ ਇਹ ਤੁਹਾਡਾ ਸੰਬੰਧ ਉਹਨਾਂ ਨਾਲ ਠੀਕ ਹੈ ਰਿਸ਼ਤਾ ਠੀਕ ਹੈ ਉਹਨਾਂ ਦਾ ਕੋਈ ਡਰ ਤਾਂ ਨਹੀਂ ਹੁਣ ਨਹੀਂ ਮੁੱਖੀ ਇਹ ਕਿ ਛੋਟੀ ਹੁੰਦੀ ਕਹਿੰਦੀ ਸੀ ਕਿ ਆਦੇ ਦਾਦਾ ਕਿ ਮੇਰੇ ਪਿੰਡ ਉੱਧਰ ਆ ਮੇਰੀ ਕੋਈ ਬਾਣੀ ਆ ਨਾ ਕਰੇ ਨਾ ਮੇਰੀ ਕੋਈ ਸਾਡੇ ਕਰੇ ਮੈਂ ਆਪਦੇ ਦਾਦੇ ਨੂੰ ਦੱਸਿਆ ਕਰਾਂ ਨਾ ਉਹਨਾਂ ਨੇ ਕਦੇ ਮੇਰੀ ਗੱਲ ਮੈਨੂੰ ਕਹਿੰਦੇ ਹੁੰਦੇ ਸੀ ਸੁਪਨਾ ਆਇਆ ਹੈਗਾ ਤਾਂ ਨਾ ਭੁੱਲ ਜੂਗੀ ਬਾਜੋ ਕੋਈ ਨਾ ਮੇਰੀ ਗੱਲ ਮੈਨੂੰ ਫਿਰ ਮੈਂ ਆਪਦੇ ਦਾਦੇ ਨੂੰ ਦੱਸੀ ਗਈ ਤੇ ਦਾਦੀ ਨੇ ਮੇਰੀ ਅੱਗੇ ਗੱਲ ਦੱਸੀ ਉੱਥੋਂ ਜੀ ਮੈਨੂੰ ਮਿਲਣਾ ਹੈ ਇਹਨਾਂ ਨੇ ਨਾਂ ਦੱਸਿਆ ਸੀਗਾ ਕਿ ਮੇਰੇ ਮਾਂ ਪਿਓ ਕੌਣ ਹੈਗੇ ਹਾਂਜੀ ਜਿਹਨੂੰ ਜ਼ਿਆਦਾ ਪਿਆਰ ਕਰਦੇ ਸੀ ਕਹਿੰਦੇ ਜੀ ਮੇਰਾ ਮਹਿੰਦਰ ਸਿੰਘ ਆ ਵੀ ਪਤਾ ਨਹੀਂ ਕੌਣ ਆ ਜੀ ਇਹਨਾਂ ਨੂੰ ਬੜਾ ਪਿਆਰ ਕਰਦਾ ਸੀ ਉਹਦਾ ਨਾਂ ਲੈਂਦੀ ਹੁੰਦੀ ਸੀ ਮਹਿੰਦਰ ਸਿੰਘ ਕੌਣ ਸੀਗਾ ਤਾਏ ਜੀ ਸੀਗੇ ਤੁਹਾਡੇ ਅੱਛਾ ਤੇ ਆਪਣੇ ਮੰਮੀ ਜਾਂ ਡੈਡੀ ਦਾ ਨਾਂ ਨਹੀਂ ਪਿਓ ਦਾ ਮਾਂ ਪਿਓ ਦਾ ਨਾਂ ਨਹੀਂ ਲੈਂਦੀ ਸੀ ਨਹੀਂ ਜੀ ਬੋਲਣਾ ਬਹੁਤ ਘੱਟ ਆਉਂਦਾ ਇਹਨਾਂ ਨਿਆਣੀ ਸੀ ਉਹ ਤਾਂ ਪਿੰਡੀ ਦਾ ਸੀ ਮਹਿੰਦਰ ਆ ਮਹਿੰਦਰ ਸਿੰਘ ਨਾਂ ਹੈ ਲਾਣਾ ਲਾਣਾ ਵੀ ਸਾਨੂੰ ਤਾਂ ਪਤਾ ਲੱਗਿਆ ਜੀ ਤੇ ਉਹਨੇ ਕਿਹਾ ਵੀ ਮੇਰੇ ਪਿੰਡ ਰੇਲ ਆਉਂਦੀ ਹੈ ਸਾਡੇ ਪਿੰਡ ਹਾਂ ਕਿਉਂ ਸਾਡੇ ਨੇੜੇ ਉੱਥੇ ਰੇਲ ਆਉਂਦੀ ਜੀ ਗੱਲੇ ਫਿਰ ਹੌਲੀ ਹੌਲੀ ਗੱਲਾਂ ਆਉਂਦੀਆਂ ਅਲਾਣਾ ਕਹਿਣ ਲੱਗੇ ਫਿਰ ਸਮਝਣ ਲੱਗ ਗਈ ਵੀ ਅਲਾਣਾ ਦੀ ਗੱਲ ਕਰਦੀ ਸੀ ਕਾਫੀ ਲੋਕ ਹੋਰ ਇਹਦੇ ਕੁੜੀਆਂ ਜਿਹੜੇ ਨਾਲ ਪੜ੍ਹਦੀ ਸੀ ਉਹ ਇੱਕ ਕੁੜੀ ਇੱਥੇ ਵਿਆਹੀ ਆ ਉਸ ਕੁੜੀ ਦਾ ਦਾਦਾ ਵਿਆਹ ਸੀ ਇਹਨੇ ਆਉਣ ਸਰ ਦੇਖ ਲਿਆ ਪਹਿਲਾਂ ਹੀ ਕਹਿੰਦੀ ਇਹ ਉਹਨਾਂ ਦਾ ਕਹਿੰਦੀ ਇਹ ਤਾਂ ਬਾਹਲਾ ਬੋਲਦਾ ਬੁੜਾ ਉਹਨੂੰ ਦੇਖ ਕੇ ਅੰਦਰ ਬੜ ਗਈ ਸੀ ਉਹ ਬਾਕੀ ਬੋਲਦਾ ਬਹੁਤ ਚੁੱਚੀ ਸੀ ਜੀ ਉਹ ਹਾਂ ਇਸ ਤਰ੍ਹਾਂ ਦੀ ਕਾਫੀ ਕੇਸ ਸਾਹਮਣੇ ਆਏ ਤੇ ਗੱਲਾਂ ਬਾਤਾਂ ਜੀ ਫਿਰ ਸਾਨੂੰ ਯਕੀਨ ਹੋ ਗਿਆ ਜੀ ਫਿਰ ਉਹ ਪਰਿਵਾਰ ਸਾਡੇ ਕੋਲ ਹੁਣ ਵਿਆਹ ਸਾਡੇ ਸਾਡੇ ਆਉਂਦਾ ਗਾ ਜੀ ਅਤੇ ਇਹਦਾ ਭਰਾ ਗਾ ਜਿਹੜਾ ਗੁਰਪ੍ਰੀਤ ਪਹਿਲਾਂ ਉਹ ਤੋਂ ਰੱਖੜੀ ਉੱਖੜੀ ਬਣਾ ਕੇ ਜਾਂਦਾ ਆ ਕੇ ਜੀ ਸਾਰਾ ਅਤੇ ਇਹ ਉੱਥੇ ਵਿਆਹ ਸ਼ਾਦੀ ਜਿਵੇਂ ਕੋਈ ਪਿੰਡ 'ਚ ਮੇਲਾ ਵਗੈਰਾ ਹੁੰਦਾ ਰਹਿੰਦਾ ਬਾਬਿਆਂ ਦਾ ਇਹ ਜਾਂਦੀ ਉੱਥੇ ਅੱਛਾ ਗੁਰਪ੍ਰੀਤ ਨੇ ਇਹਨੂੰ ਇੱਕ ਵਾਰ ਕਹਿੰਦੇ ਗਲਾਸੀ ਨਾਲ ਮਾਰਿਆ ਸੀਗਾ ਤੇ ਉਹ ਨਿਸ਼ਾਨ ਦਿਖਾਉਣਾ ਕਿੱਥੇ ਦਿਖਾਓਗੇ ਨਿਸ਼ਾਨ ਅੱਗੇ ਆ ਕੇ ਦਿਖਾਓ ਇਹ ਕੰਚ ਦਾ ਗਲਾਸ ਮਾਰਿਆ ਸੀ ਇਹਦੇ ਇਹ ਘੜੀ ਬੰਨ੍ਹਦੀ ਹੁੰਦੀ ਸੀ ਇਹਦਾ ਭਰਾ ਇਹਨੂੰ ਘੜੀ ਨਹੀਂ ਬੰਨ੍ਹਣ ਦਿੰਦਾ ਸੀ ਇਹਨਾਂ ਦਾ ਵਿਰੋਧ ਕੀਤਾ ਮੈਂ ਬੰਨੂਗਾ ਮੈਨੂੰ ਉਹਦੇ ਭਰਾ ਨੇ ਗਲਾਸ ਮਾਰਿਆ ਸੀ ਦਾਗ ਦੇ ਉਹ ਘੜੀ ਮੈਂ ਸੁਣਿਆ ਇੱਥੇ ਆ ਹਾਂ ਘੜੀ ਇਹਦੇ ਕੋਲ ਅੱਛਾ ਇਹ ਹੈ ਘੜੀ ਹਾਂਜੀ ਇਹ ਘੜੀ ਹੈ ਜੀ ਇਹਨੇ ਉੱਥੇ ਇਹ ਘੱਟੋ ਘੱਟ ਜੀ ਇਹ 8-9 ਸਾਲਾਂ ਦੀ ਸੀ ਮੈਂ ਲੈ ਗਿਆ ਸੀ ਇਹਨੂੰ 11-12 ਸਾਲਾਂ ਬਾਅਦ ਜਾ ਕੇ ਗਿਆਰਾਂ ਸਾਲਾਂ ਬਾਅਦ ਜਾ ਕੇ ਘੜੀ ਚੱਕੀ ਹੋਈ ਸੀ ਫਿਰ ਸੂਟ ਮੰਗਿਆ ਨਾ ਇਹਦੇ ਮੰਮੀ ਡੈਡੀ ਨੇ ਸੂਟ ਵੀ ਸਮਾ ਕੀਤਾ ਇਹਨੂੰ ਇਹਨੂੰ ਚਾਂਦੀ ਦੇ ਕੜੇ ਕਰਾ ਕੀਤੇ ਜੀ ਦੋ ਬਹੁਤ ਪਿਆਰ ਕਰਦੇ ਨੇ ਉਹਨਾਂ ਨੇ ਸਾਡੇ ਜੀ ਰਿਸ਼ਤੇਦਾਰੀ 'ਚ ਜਿਵੇਂ ਸਾਡੇ ਗਮੀ ਖੁਸ਼ੀ ਹੈ ਜੀ ਸਾਡੇ ਵਿਆਹ ਵੀ ਇਸ ਬੁੱਢੀ ਦਾ ਵੱਡੀ ਦਾ ਅਤੇ ਵਿਆਹ ਵੀ ਆਏ ਨੇ ਜੀ ਸਾਡੇ ਹੋਰ ਜਿੱਦਾਂ ਮੇਰੀ ਮਾਤਾ ਦੀ ਡੈਥ ਹੋ ਗਈ ਸੀ ਉਹਦੇ ਵੀ ਆਏ ਨੇ ਸਾਡੇ ਪੂਰਾ ਵਧੀਆ ਪਰਿਵਾਰ ਨੂੰ ਬਹੁਤ ਜਾਂਦੇ ਰਹਿੰਦੇ ਉੱਥੇ ਜਾਂਦੇ ਆਏ ਹਫ਼ਤਾ ਹਫ਼ਤਾ ਰਹੇ ਹੋਏ ਜੀ ਆਪਦੇ ਗਾਂ ਰਿਸ਼ਤੇਦਾਰੀ 'ਚ ਭੂਆ ਦੇ ਮੁੰਡੇ ਦੇ ਵਿਆਹ ਜਾ ਕੇ ਜੀ
ਤੁਸੀਂ ਇਸ ਤੋਂ ਪਹਿਲੇ ਵਿਸ਼ਵਾਸ ਕਰਦੇ ਸੀ ਕਿ ਇੱਦਾਂ ਦੁਬਾਰਾ? ਨਹੀਂ ਨਹੀਂ ਵਿਸ਼ਵਾਸ ਕੋਈ ਨਹੀਂ, ਕਿ ਮੈਂ ਨੈਸ਼ਨਲ ਚੈਨਲ ਦੀ ਮੈਂ ਰਿਪੋਰਟਿੰਗ ਕਰਦਾ ਸੀ, ਮੈਨੂੰ ਵੀ ਐਂ ਸੀ ਵੀ ਇਹਨੂੰ ਸੁਣਾ ਵਗੈਰਾ ਆਇਆ ਕਿਸੇ ਚੀਜ਼ ਦਾ, ਪਰ ਜਦੋਂ ਗੱਲਾਂ ਇਹ ਕਹਿਣੋ ਹਟੀ ਨਾ, ਫਿਰ ਇਹਨੇ ਰੇਲਵੇ ਵਾਲਾ ਮੈਨੂੰ ਦੱਸਿਆ, ਫਿਰ ਮੈਨੂੰ ਯਕੀਨ ਹੋ ਗਿਆ ਵੀ ਬਾਕੀ ਗੱਲ ਸਹੀ ਹੈਗੀ ਵੀ ਹੋ ਸਕਦਾ, ਫਿਰ ਅਸੀਂ ਗੱਲਾਂ ਮੰਨਣ ਲੱਗ ਗਏ, ਫਿਰ ਗੱਲ ਸੱਚ ਹੋ ਗਈ ਸਾਰੀ। ਅਤੇ ਕਹਿੰਦੇ ਕਿ ਜਦੋਂ ਬੱਸ ਜਿੱਥੋਂ ਗਈ ਉੱਥੇ ਨਿਸ਼ਾਨ ਪੈਰ 'ਤੇ ਕੁਛ ਨਿਸ਼ਾਨ ਹੈ ਕੀ ਹੈਗਾ? ਨਹੀਂ ਉਹਦੇ ਬਾਰੇ ਸਾਨੂੰ ਕੋਈ ਜਾਣਕਾਰੀ ਨਹੀਂ। ਨਹੀਂ ਇਹਦੇ ਕੋਈ ਪਤਾ ਨਹੀਂ ਕਿਤੇ ਕੀ ਨਿਸ਼ਾਨ ਹੈ, ਕੀ ਹੈ ਉਹ ਹੈਗਾ ਇਹਦੇ ਪੱਟਦੇ ਹੈਗਾ, ਕੀ ਹੈਗਾ ਕੋਈ ਨਿਸ਼ਾਨ? ਉਹਦਾ ਨਿਸ਼ਾਨ ਜਿਵੇਂ ਚੀਜ਼, ਤੁਸੀਂ ਫੋਟੋ ਲਈ ਉਹਦੇ ਕੋਈ? ਨਹੀਂ। ਅਤੇ ਉੱਥੇ ਦਰਦ ਹੁੰਦੀ ਹੈ, ਪੀੜ ਹੁੰਦੀ ਹੈ? ਦਰਦ ਹੁਣ ਕੋਈ ਨਹੀਂ, ਕੋਈ ਕਿਸੇ ਤਰ੍ਹਾਂ ਕੋਈ ਪ੍ਰੋਬਲਮ ਨਹੀਂ ਜੀ। ਕਿਹੜੀ ਜਗ੍ਹਾ ਹੈ, ਮੈਨੂੰ ਇੱਦਾਂ ਹੀ ਦੱਸੋ ਹੱਥ ਲਾ ਕੇ। ਅਤੇ ਹੁਣ ਇਹ ਖੱਬੇ ਪੈਰ 'ਚ? ਨਹੀਂ ਹਾਂ ਇੱਧਰ ਦੀ ਹੈ ਜੀ। ਹੁਣ ਜਿਵੇਂ ਇਹ ਸੂਟ ਵਗੈਰਾ ਆਪਦੇ ਆਪ ਸਿਉਂ ਲੈਂਦੇ ਜੀ, ਆਪਣੀ ਭੂਆ ਦੇ ਸਿਉਂਦੇ, ਉਹਨਾਂ ਦੇ ਕੰਮ ਬੱਚੇ ਨੇ ਸਿਉਂਦੇ ਜੀ, ਮੰਜੇ ਬੁਣ ਲੈਂਦੀ ਜੀ, ਇਹ ਪੀੜੀਆਂ ਬੁਣ ਲੈਂਦੀ ਆਪ, ਸਵੈਟਰ ਵਗੈਰਾ ਆਪ ਬੁਣ ਲੈਂਦੀ ਆ। ਕਿਹੜੀ ਉਮਰ ਤੋਂ ਕਰ ਰਹੀ ਹੈ? ਇਹ ਤਾਂ ਕੋਲ ਘੱਟੋ 4-5 ਸਾਲ ਤੋਂ ਪ੍ਰੋ ਜੀ, ਪਹਿਲਾਂ ਵੀ ਕਰਦੇ ਜੀ। ਅੱਛਾ, ਹੁਣ ਕੀ ਉਮਰ ਹੈ? ਹੁਣ 13 ਸਾਲ। 13, ਯਾਨੀ ਕਿ 7-8 ਸਾਲ ਚ ਜੀ। ਸਾਡਾ ਪਿੰਡ ਇੱਧਰ ਹੈ, ਨਿਆਣੀ ਤੁਸੀਂ ਬੋਲੇ, ਮੈਂ ਨਹੀਂ ਬੱਚਾ ਆਪਣਾ ਪਿੰਡ ਇੱਧਰ ਹੈ। ਨਹੀਂ ਪਾਪਾ ਸਾਡਾ ਪਿੰਡ ਇੱਧਰ ਹੈ, 3 ਵਾਰੀ ਕਿਹਾ, ਮੈਂ ਬੇਟਾ ਆਪਣਾ ਪਿੰਡ ਇੱਧਰ ਹੈ। ਉੱਥੇ ਕਹਿੰਦੇ ਰੇਲ ਗੱਡੀ ਆ ਜਾਂਦੀ ਹੈ, ਫਿਰ ਮੈਂ ਉਹਨੂੰ ਫੜ ਕੇ ਅੰਦਰ ਲੈ ਗਿਆ ਦਾਦੀ ਕੋਲ, ਮੈਂ ਕਿਹਾ ਆਹ ਗੱਲ ਹੋਈ ਜੇ ਮੈਂ ਇੱਥੇ ਰਹਿ ਕੇ ਨਸਾ ਨਾ ਸੀਗਾ ਗ੍ਰਾਂਥੀ ਉੱਥੇ ਦਾ ਲਾ ਲਓ ਆਪਣੇ ਪਾਠ ਕਰਦਾ, ਉਹਨੂੰ ਦੱਸਦਾ ਉਹਨੇ, ਉਹ ਕਹਿੰਦਾ ਸਾਡੇ ਇੱਥੇ ਕੁੜੀ ਮਰੀ ਆ, ਕਹਿੰਦਾ ਸੈਨ ਤੋਂ ਹੀ ਆ ਗਈ, ਫਿਰ ਉੱਥੋਂ ਆ ਗਏ, ਪਹਿਲਾਂ ਇਹਦੇ ਇੱਕ ਮੁੰਡਾ ਹੋਰ ਆਏ, ਇਹਨੂੰ ਸਿਆ ਲਿਆ, ਉੱਤੋਂ ਸਿਆ ਲਈ ਆਪਦੀ, ਫਿਰ ਬੰਦੇ ਆ ਕੇ ਗੱਡੀ ਭਰ ਕੇ 10-12 ਬੰਦੇ, ਉਹ ਸਾਰੇ ਸਿਆ ਲਏ। ਮੇਰੀ ਗੋਤਰੀ ਬੈਠੀ ਬੈਠੀ ਕਹਿੰਦੀ ਉਹ ਮੇਰੀ ਭਾਬੀ, ਉਹ ਭਾਬੀ, ਉਹ ਮੇਰੀ ਤਿਆਰੀ ਭਾਬੀ, ਉਹਨੇ ਫੜ ਕੇ ਮੇਰੇ ਤੋਂ ਨਾ ਵੀ ਬੋਕਰ ਲੈ ਗਏ, ਮੂਹਣਾ ਮੂਹਣਾ ਲਿਆ ਕੇ 2 ਸਾਲ ਦੀ ਇਹਨੂੰ ਪਤਾ ਲੱਗ ਗਿਆ। ਕੀ ਦੱਸਦੀ ਸੀ? ਅਸੀਂ ਦੱਸਦੀ ਸੀ ਮੇਰਾ ਦੂਜਾ ਜਨਮ ਹੋਇਆ, ਮੇਰਾ ਪਹਿਲਾ ਜਨਮ ਲਾਲਾਂ ਦਾ ਗਾ, ਵੀ ਹੁਣ ਇੱਥੇ ਦੂਜੀ ਵਾਰ ਮੈਂ ਉਰੇ ਹਾਂ, ਮੇਰੀ ਕਿਤਾਬ ਲਿਪੀ ਸੀ ਉਹ ਚੱਕਣ ਲੱਗ ਗਈ, ਫਿਰ ਸੈਂਡਲ ਨਿਕਲ ਗਿਆ, ਬੱਸ ਲੰਘ ਗਈ ਮੇਰੇ ਇੱਥੋਂ ਦੀ, ਐਂ ਦੱਸ ਦਿੰਦੀ ਸੀ, ਮੈਂ ਹੱਸਣ ਲੱਗ ਜਾਣਾ ਸੀ ਵੀ ਤੂੰ ਹੀ ਮਦਦ ਕਰੀ ਜਾਂਦੀ ਹੈਗੀ। A week later, I picked up Somdeep's parents from Landra near Chandigarh and drove to Alal. Tarsem Singh and Gurjot would join me in Alal, which is about 20 kilometers from Panchgraya. It turned out that Gurpreet Singh, Gurjot's brother from past life, had already gone to Panchgraya to pick her up. An excited Gurjot enters her home in Alal. She is greeted warmly by her parents. They hug her and ask her about her well-being. Somdeep kaur sadi kuri hai nahi ji, mera naam ta Gurjot kaur hai, pehla vaar tar aayi si sade paas tu vajni hai putt, tu ਸੋਮਾ ਹੀ ਹੈ ਤੂੰ, ਮੈਂ ਜਦੋਂ ਆਉਣ ਲੱਗੀ ਹਾਂ, ਛੋਟੀ ਹੁੰਦੀ ਵੀ ਆਉਂਦੀ ਸੀ ਮੇਰੇ ਨਾਲ ਹੀ ਪੈਂਦੀ ਹੁੰਦੀ ਸੀ, ਇਹ ਗੱਲਾਂ ਸੁਣਾਉਂਦੀ ਹੁੰਦੀ ਸੀ ਮੈਨੂੰ, ਮੰਮੀ ਮੈਂ ਉਹ ਇੱਥੇ ਬਣਾ ਕੇ ਲੱਗ ਗਈ ਸੀ ਉਹ ਕਿੱਥੇ ਹੈ, ਮੈਂ ਕਿਹਾ ਮਾਂ ਉਦੋਂ ਮੈਂ ਸਾਰੇ ਵੰਡ ਤੇ ਜਿਹੜਾ ਕਿਸ਼ਤੀ ਉਸਤੀ ਬਣਾਉਂਦੀ ਹੁੰਦੀ ਸੀ, ਕੁਲਫੀ ਦੇ ਡੱਗੇ ਦੇ ਬਣਾਉਂਦੀ ਨਹੀਂ ਹੁੰਦੀ, ਇੱਕ ਦੋ ਤਾਂ ਮਾਲਵਿੰਦਰ ਕੇ ਘਰੇ ਲੈ ਗਏ, ਕਰਮ ਜੀ 'ਤੇ ਲੈ ਗਿਆ ਸੀ, ਇਹਦੇ ਨਿੱਤੇ ਦੇ ਨਿਸ਼ਾਨੀ ਹਲੇ ਥਹੀਂ ਵੀ ਉਹਨਾਂ ਦੇ ਘਰੇ ਪਿਆ। ਕੀ ਬਣਾਉਂਦੀ ਸੀ? ਇੱਕ ਕਿਸ਼ਤੀ ਬਣਾਉਂਦੀ ਸੀ ਕੁਲਫੀ ਦੇ ਡੱਕੇ ਦੀ। ਅੱਛਾ ਅੱਛਾ। ਐਂ ਜੋੜ ਜੋੜ ਕੇ ਹੈਲੀਕਾਪਟਰ, ਐਂ ਬਹੁਤ ਸੋਹਣੇ ਸੋਹਣੇ ਬਣਾਉਂਦੀ ਸੀ, ਇਹਨੂੰ ਸਭ ਆਇਆ ਸੀ ਮੈਨੂੰ, ਜਦ ਸੁਣਦੀ ਨਾ ਕਹਿੰਦੀ ਮੰਮੀ ਮੈਂ ਉਹ ਚੀਜ਼ ਬਣਾਇਆ ਸੀ, ਮੇਰੀਆਂ ਲੜੀਆਂ ਬਣਾਉਂਦੀ ਸੀ, ਐਂ ਫੁੱਲਾਂ ਦੀਆਂ, ਉਹ ਇੰਨੇ ਇੰਨੇ ਲੈ ਕੇ ਆਈ ਸੀ, ਉਹ ਮੈਂ ਸਭ ਕਿਸੇ ਨੂੰ ਫਿਰ
ਜਦੋਂ ਡੈਥ ਹੋ ਗਈ ਫਿਰ ਮੈਂ ਦੇਤੇ ਸੀ ਜਵਾਕ ਲੈ ਗਏ ਸੀ ਖੇਡਣ ਵਾਸਤੇ ਇਹਨੂੰ ਯਾਦ ਸੀ ਜਦੋਂ ਇਹ ਆਈ ਹੈ ਇਹ ਮੈਨੂੰ ਦੱਸਦੀ ਹੁੰਦੀ ਰਾਤ ਨੂੰ ਵੀ ਮੰਮੀ ਮੇਰਾ ਆਹ ਚੀਜ਼ ਬਣਾਏ ਹੋਏ ਸੀ ਮੈਨੂੰ ਫਿਰ ਯਕੀਨ ਆਈ ਵੀ ਮੇਰੀ ਸੋਮਾ ਹੈ ਇਹਨੂੰ ਮੈਂ ਨਵਾਉਂਦੀ ਹੁੰਦੀ ਸੀ ਫਿਰ ਛੋਟੀ ਹੋਈ ਤਾਂ ਕਹਿੰਦੀ ਮੰਮੀ ਇੱਥੇ ਨਾ ਮੇਰਾ ਹਲੇ ਦਰਦ ਹੁੰਦਾ ਮੈਂ ਕਿਹਾ ਮੈਂ ਕਿਉਂ ਕਹਿੰਦੀ ਇੱਥੇ ਹੁੰਦਾ ਨਾ ਮੇਰੇ ਬੱਸ ਲੰਘ ਗਈ ਫਿਰ ਇਸ ਤਰ੍ਹਾਂ ਮੈਨੂੰ ਸਭ ਗੱਲਾਂ ਦੱਸਦੀ ਹੁੰਦੀ ਸੀ ਸਾਡੇ ਭਾਅ ਦਾ ਤੂੰ ਇਹੀ ਆ ਕੁੜੀ ਹੈ ਆਉਂਦੀ ਜਾਂਦੀ ਹੈ ਸੋਮਾ ਨੇ ਪਤਾ ਚੱਲਿਆ ਕਿ ਇਹ ਕੁੜੀ ਯਾਦ ਕਰਦੀ ਹੈ ਤੁਸੀਂ ਉੱਥੇ ਲੱਭਿਆ ਇਹਨੂੰ ਕਿ ਇਹ ਇੱਥੇ ਆਇਆ ਇਹਦਾ ਨਹੀਂ ਜੀ ਦਾ ਡੈਡੀ ਹੈ ਹੀ ਲੱਗ ਇਹ ਬੁਰਟੇ ਨੂੰ ਜੀ ਘਰੇ ਆ ਗਈ ਸੀ ਆਪਣੇ ਅੰਦਰ ਕਿਸ ਤਰ੍ਹਾਂ ਉੱਥੋਂ ਤੁਰ ਕੇ ਪੈਦਲ ਇੱਥੇ ਘਰੇ ਆ ਗਈ ਸੀ ਆਪਣੇ ਅੱਛਾ ਫਿਰ ਫਿਰ ਡੈਡੀ ਆ ਗਿਆ ਇਹ ਪਹਿਲਾਂ ਵੀ ਇਹਦਾ ਡੈਡੀ ਪਿੱਛੋਂ ਆ ਗਿਆ ਗੱਡੀ ਲੈ ਕੇ ਅੱਛਾ ਇਸ ਜਨਮ ਦਾ ਡੈਡੀ ਜਿਹੜਾ ਹਾਂ ਜੀ ਫਿਰ ਪਹਿਲੇ ਇਹਨੇ ਕਿਹਨੂੰ ਪਛਾਣਿਆ ਪਹਿਲਾਂ ਇਹਦੀ ਮੰਮੀ ਸੀ ਮੈਂ ਤਾਂ ਇਹ ਸੀ ਮੈਨੂੰ ਪੁੱਛਿਆ ਬੇਟੇ ਤੂੰ ਕਿਹਨਾਂ ਦੀ ਕੁੜੀ ਆ ਕਹਿੰਦੀ ਮੰਮੀ ਮੈਂ ਤੇਰੀ ਸੋਮਾ ਮੈਂ ਕਿਹਾ ਮੇਰੀ ਸੋਮਾ ਕਹਿੰਦੀ ਮੈਂ ਦੁਬਾਰਾ ਜਨਮ ਲਿਆ ਪੰਜ ਗਰੇ ਫਿਰ ਇਹਨੂੰ ਮੈਂ ਗੋਦੀ ਚੱਕ ਲਈ ਫਿਰ ਮੰਜੇ ਬੈਡ ਤੇ ਬਿਠਾ ਕੇ ਇਹਨੂੰ ਫਿਰ ਮੈਂ ਪੁੱਛਿਆ ਫਿਰ ਇਹਦੇ ਡੈਡੀ ਵੀ ਆ ਗਏ ਮਗਰ ਸੀ ਮਗਰ ਫਿਰ ਇਹਨੇ ਫਿਰ ਨਿਸ਼ਾਨੀ ਦੱਸੀ ਸੀ ਮੈਨੂੰ ਕੀ ਨਿਸ਼ਾਨੀ ਵੀ ਮੇਰੀ ਆਉਣ ਸਾਰ ਕਹਿੰਦੀ ਮੇਰੀ ਘੜੀ ਪਈ ਹੈ ਮੰਮੀ ਘੜੀ ਲਈ ਦੀ ਅਸੀਂ ਹਾਂ ਫਿਰ ਇਹਦੇ ਸੂਟ ਪਏ ਸੀ ਨਵੇਂ ਨਵੇਂ ਜਿਹਦੇ ਮੁੱਕੀ ਹੈ ਇਹਦੇ ਨਵੇਂ ਸੂਟ ਪਏ ਸੀ ਕਾਲੇ ਰੰਗ ਦੀ ਸਮਾਈ ਸੀ ਤੇ ਕਹਿੰਦੀ ਮੰਮੀ ਮੇਰੇ ਸੂਟ ਵੀ ਪਏ ਗਏ ਇੱਥੇ ਮੈਂ ਕਿਹਾ ਮੈਂ ਕਿਹੜੇ ਸੂਟ ਪਏ ਤੇਰੇ ਕਹਿੰਦੀ ਜਿਹੜੇ ਕਾਲੇ ਰੰਗ ਦੇ ਮੈਂ ਕਿਹਾ ਉਹ ਤਾਂ ਮੈਂ ਦੀ ਤੇ ਕੀਰਤਨਪੁਰ ਜਦ ਗਈ ਸੀ ਜਿਹਦੇ ਇਹਨੇ ਸੂਟ ਪਏ ਸੀ ਨਵੇਂ ਨਵੇਂ ਮੈਂ ਜਦ ਫੁੱਲ ਲੈ ਕੇ ਗਈ ਨਾਲ ਹੀ ਲੈ ਗਈ ਸੀ ਚਾਰ ਪੰਜ ਸੂਟ ਦੋ ਤਿੰਨ ਸੂਟ ਮੈਂ ਵੀ ਪਾਉਂਦੀ ਹੁੰਦੀ ਸੀ ਫਿਰ ਇਹ ਕਹਿੰਦੀ ਇਹ ਤਾਂ ਮੇਰਾ ਸੂਟ ਤੂੰ ਪਾਈ ਫਿਰਦੀ ਮੰਮੀ ਸਿਆਲੂ ਵਾਲੇ ਮਾਂ ਹੋਰ ਮੈਂ ਤਾਂ ਇਹ ਪਾਉਂਦੀ ਹਾਂ ਫਿਰ ਮੈਨੂੰ ਪਤਾ ਲੱਗਿਆ ਵੀ ਇਹ ਸਾਡੀ ਸੋਮਾ ਹੀ ਹੈ ਹੁਣ ਵੀ ਅਸੀਂ ਮੰਨਦੇ ਇਹਨੂੰ ਵੀ ਸਾਡੀ ਕੁੜੀ ਹੈ ਜਦੋਂ ਮਨ ਕਰੇ ਫੋਨ ਕਰ ਲੈਂਦੇ ਉਹਨੇ ਇਹ ਵੀ ਕਰ ਲੈਂਦੀ ਹੈ ਜੇ ਮਨ ਕਰੇ ਮਿਲ ਕੇ ਜਾਂਦੀ ਹੈ ਉੱਥੇ ਜਦੋਂ ਅਸੀਂ ਚਲੇ ਗਏ ਫਿਰ ਇਹ ਰਾਖੀ ਲੈ ਕੇ ਗਈ ਆਪਦੇ ਪਿਤਾ ਜੀ ਨੂੰ ਲੈ ਕੇ ਜਿੱਥੇ ਰਹਿਣੇ ਜਿੱਥੋਂ ਲੈ ਕੇ ਉੱਥੋਂ ਮੋਹਾਲੀ ਚਲੇ ਗਈ ਸੀ ਇਹ ਵੀ ਪਿਆਰ ਕਰਦੀ ਹੈ ਅਸੀਂ ਵੀ ਇਹਨੂੰ ਬਹੁਤ ਪਿਆਰ ਕਰਦੇ ਆਪਣੀ ਕੁੜੀ ਨੂੰ ਕਹਿੰਦੇ ਹੁੰਦੇ ਆਤਮਾ ਤਾਂ ਉਹੀ ਹੈ ਸਰੀਰ ਬਦਲ ਜਾਂਦਾ ਜਿਹਦਾ ਬੋਲ ਚਾਲ ਹੈ ਜਿਹੜੀ ਗੱਲਾਂ ਛੋਟੀ ਹੁੰਦੀ ਦੱਸਦੀ ਸੀ ਉਹ ਸਾਰੀ ਗੱਲ ਇਹਨੂੰ ਤੁਹਾਡਾ ਜਨਮ ਹੁਣ ਇਸ 2000 ਚ ਕਿੰਨੇ ਯਾਨੀ 3 ਸਾਲ ਵਿੱਚ ਸੀਗੇ ਜਿਹੜਾ 3 ਸਾਲ ਵਿੱਚ ਉਹਦਾ ਕੁਝ ਯਾਦ ਹੈਗਾ ਤੁਹਾਨੂੰ ਕੀ ਹੋਇਆ ਸਿਸਟਮ ਮੇਰੇ ਵਾਸਤੇ ਮੇਰਾ ਕਾਲਾ ਦਿਖਿਆ ਨਾ ਉਹਦੇ ਕਾਲਾ ਦਿਖਦਾ ਸੀਗਾ 3 ਸਾਲ ਤੱਕ ਅੱਛਾ ਪਤਾ ਲੱਗਿਆ ਕਿ ਕਦੋਂ ਕਿ ਮੈਂ ਟ੍ਰੇਨਿੰਗ ਲਈ ਪਤਾ ਨਹੀਂ ਲੱਗਿਆ ਕੋਠੇ ਚ ਆਉਂਦੀ ਉਹ ਭਾਬੀ ਕੰਮ ਕਰਦੀ ਹੁੰਦੀ ਸੀ ਕਦੇ ਉਹ ਕੋਠੇ ਚ ਜਾਂਦੀ ਜਿਹੜੇ ਇਹਦੀ ਸਹੇਲੀ ਉਹਦਾ ਭਾਈ ਦਾ ਵਿਆਹ ਹੋਇਆ ਸੀ ਉਹ ਬਹੂ ਨੇ ਦੇਖਿਆ ਸੀ ਇਹਨੂੰ ਇਹ ਮੈਨੂੰ ਆ ਕੇ ਕਹਿੰਦੀ ਚਾਚੀ ਤੇਰੀ ਕੁੜੀ ਨਾ ਸੋਮਾ ਮੈਨੂੰ ਦਿਸੀ ਸੀ ਮੈਂ ਕਿਹਾ ਮੇਰੀ ਸੋਮਾ ਦੇਖੋ ਹੁਣ ਤਾਂ ਜਦ ਜਿਉਂਦੀ ਸੀ ਉਦੋਂ ਤਾਂ ਮੇਰੀ ਕੁੜੀ ਸੀ ਹੁਣ ਤਾਂ ਹਵਾ ਹੈ ਕਿਤੇ ਮਰਜ਼ੀ ਬਹਿ ਸਕਦੀ ਹੈ ਸਾਡੀ ਬਸ ਤਾਂ ਹੈ ਹੀ ਨਹੀਂ ਪਈ ਇਹ ਦਿਖਾਈ ਦਿੰਦੀ ਸੀ ਅੱਛਾ ਉਹਨੂੰ ਦਿਖਾਈ ਦਿੰਦੀ ਸੀ ਹਾਂ ਉਹ ਘਰ ਸੀ ਤੇ ਇਹ ਕੋਠਿਆਂ 'ਚ ਕਦੇ ਕਿਤੇ ਕਹਿੰਦੀ ਮੈਂ ਫਿਰਦੀ ਹੁੰਦੀ ਸੀ ਤੇ ਇੱਧਰਲਾ ਘਰ 'ਚ ਉਹ ਪਾਇਆ ਨਹੀਂ ਹੋਇਆ ਸੀ ਇਹ ਕਹਿੰਦੀ ਵੀ ਮੈਂ ਇੱਥੇ ਬਹਿ ਕੇ ਦੇਖਦੀ ਹੁੰਦੀ ਭਾਬੀ ਨਾ ਕੰਮ ਕਰੀ ਜਾਂਦੀ ਹੁੰਦੀ ਸੀ ਉੱਧਰ ਦੋ ਭਾਬੀਆਂ ਲੱਗ ਗਈਆਂ ਅੱਛਾ ਹਾਂ ਛੋਟੀ ਹੁੰਦੇ ਉਹਨਾਂ ਦੀ ਘਰੇ ਰਹਿੰਦੇ ਹੁੰਦੇ ਖੇਡਦੇ ਹੁੰਦੇ ਸੀ ਤੇ ਕਹਿੰਦੀ ਭਾਬੀ ਕੰਮ ਕਰਦੀ ਸੀ ਫਿਰ ਮੈਂ ਜਦ ਬਹੂ ਨੇ ਕਿਹਾ ਮੈਨੂੰ ਵੀ ਤੇਰੀ ਕੁੜੀ ਦਿਖਾਈ ਦਿੱਤੀ ਮੈਨੂੰ ਸੋਮਾ ਮੈਂ ਕਿਹਾ ਮਾਂ ਮੇਰੀ ਕੁੜੀ ਦਾ ਤੈਨੂੰ ਕੀ ਸਿਆਣ ਜਦ ਤੇਰੇ ਵਿਆਹ ਹੋ ਤਾਂ ਮੁੱਕ ਗਈ ਸੀ ਮੈਂ ਫੋਟੋ ਲੈ ਕੇ ਗਈ ਮੈਂ ਇਹਨਾਂ 'ਚ ਦੱਸ ਵੀ ਕਿਹੜੀ ਕੁੜੀ ਹੈ ਕਹਿੰਦੀ ਆਹ ਕੁੜੀ ਸੀ
ਕਹਿੰਦੀ ਇੱਥੇ ਬੈਠੀ ਸੀ ਨੇ ਮੇਰੀ ਉਹਨਾਂ ਇਹਨੂੰ ਪਹਿਲੇ ਨਹੀਂ ਦੇਖਿਆ ਸੀਗਾ ਨਹੀਂ ਜੀ ਇਹਨੂੰ ਮਤਲਬ ਪਿਛਲੀ ਸੋਮਾਂ ਨੂੰ ਨਹੀਂ ਦੇਖਿਆ ਸੀ ਨਹੀਂ ਦੇਖਿਆ ਸੀ ਬਾਅਦ 'ਚ ਆਏ ਉਹਦਾ ਵਿਆਹ ਹੋਇਆ ਸੀ ਬੰਟੀ ਦੀ ਬੰਟੀ ਦੀ ਬਹੂ ਉਹ ਇੱਥੇ ਹੈਗੀ ਹੈ ਨਾ ਇੱਥੇ ਤਾਂ ਹੈ ਨਹੀਂ ਫੋਟੋ ਦਿਖਾਇਆ ਮੈਂ ਫਿਰ ਮੰਨੀ ਮੈਂ ਕਿਹਾ ਵਾ ਬਈ ਡਰਨ ਦੀ ਕੋਈ ਲੋੜ ਨੀ ਕਿਸੇ ਨੂੰ ਇਹ ਕੁਛ ਕਹਿੰਦੀ ਨੀ ਫਿਰ ਇਹਦਾ 2 ਸਾਲ ਬਾਅਦ ਫਿਰ ਹੋਇਆ ਸੀ ਮੈਨੂੰ ਸੁਪਨੇ ਚ ਦਿਖਾਈ ਦਿੰਦੇ ਹੁੰਦੇ ਸੀ ਉਹ ਮੇਰੀ ਭੈਣ ਮੁੱਕ ਗਈ ਹੁਣ ਜੋ ਗੱਲ ਮੈਨੂੰ ਸੁਪਨੇ ਚ ਆਉਂਦਾ ਮੈਂ ਉਹਨੂੰ ਦੱਸਦੀ ਮੈਂ ਬਸ ਅੱਜ ਆਏ ਕਰਕੇ ਆਏ ਸੁਪਨਾ ਆਇਆ ਮੈਨੂੰ ਕੀ ਦੇਖਿਆ ਕੋਈ ਸੁਪਨਾ ਯਾਦ ਹੈ ਕੀ ਦੇਖਿਆ ਸੀ ਹਾਂ ਜੀ ਜਦੋਂ ਇਹਦੇ ਮੁੱਕਣ ਤੋਂ ਪਹਿਲੇ ਵੀ ਮੈਨੂੰ ਸੁਪਨਾ ਆਇਆ ਸੀ ਵੀ ਮੇਰੀ ਕੁੜੀ ਨੂੰ ਕੋਈ ਲੈ ਕੇ ਜਾਂਦਾ ਹੈ ਜਦੋਂ ਮੈਂ ਲੈ ਕੇ ਗਈ ਮੇਰੇ ਪਏ ਆ ਇੱਕ ਬੰਦਾ ਸੁੱਤਾ ਪਿਆ ਚਿੱਟਾ ਕੱਪੜਾ ਲੈ ਕੇ ਤੇ ਮੇਰੀ ਕੁੜੀ ਨੂੰ ਵੀ ਐਂ ਲੈ ਗਿਆ ਮੈਂ ਕਿਹਾ ਮੈਂ ਇਹ ਤਾਂ ਮੇਰੀ ਕੁੜੀ ਹੈ ਉਹ ਐ ਚਾਦਰ ਦੇ ਕੋਲ ਉਸ ਉਹਦਾ ਹੱਥ ਸੀ ਸੱਜਾ ਹੱਥ ਉਹਦਾ ਇੱਥੇ ਅੰਗੂਠਾ ਥੋੜਾ ਕੁ ਵੱਡਿਆ ਹੋਇਆ ਸੀ ਉਹਦਾ ਹੱਥ ਹੱਥ ਦਿਖਿਆ ਮੈਨੂੰ ਇੰਨੇ ਪੈਸੇ ਨੋਟ ਕਹਿੰਦੇ ਵੀ ਇਹ ਲੈ ਜਾ ਤੇ ਕੁੜੀ ਤੋਂ ਮੈਂ ਲੈ ਗਈ ਮੈਂ ਕਿਹਾ ਮੈਂ ਨਹੀਂ ਫਿਰ ਮੇਰੇ ਅੱਖ ਖੁੱਲ ਗਈ ਮੈਂ ਕਿਹਾ ਮੈਂ ਉਹਦਾ ਨਾ ਹੱਥ ਇੱਥੋਂ ਥੋੜਾ ਕੁ ਉਹ ਹੋਇਆ ਹੋਇਆ ਵੱਡਿਆ ਹੋਇਆ ਸੱਜਾ ਹੱਥ ਐਂ ਕਰਕੇ ਚਾਦਰ ਐਂ ਕਰਿਆ ਹੋਇਆ ਸੀ ਮੈਨੂੰ ਉਹਦਾ ਅੰਗੂਠਾ ਦਿੰਦਾ ਸੀ ਮੈਂ ਜਾ ਕੇ ਭੈਣ ਨੂੰ ਉਹਦੀ ਦੱਸਿਆ ਮੈਂ ਭੈਣੇ ਦੇਖੀ ਸਾਡੀ ਕੁੜੀ ਨੂੰ ਐਂ ਫਿਰ ਥੋੜੇ ਦਿਨ ਬਾਅਦ ਇਹਦਾ ਡੈਥ ਹੋ ਗਈ ਸੀ ਤੇ ਪਹਿਲੇ ਇਹ ਇੱਥੇ ਹੈ ਕਿ ਪਹਿਲਾਂ ਇਹ ਆਈ ਇੱਥੇ ਹਾਂ ਪਿੱਛੋਂ ਮੈਂ ਗਿਆ ਫਿਰ ਉੱਥੇ ਕੀ ਹੋਇਆ ਉਹ ਦੱਸੋ ਉੱਥੇ ਕੁਛ ਨੀ ਹੋਇਆ ਜੀ ਇਹਨੇ ਗਿਆ ਇਹਨੇ ਫੋਟੋ ਵੀ ਛਾਣ ਲਈ ਮੇਰੀ ਤੇ ਮੇਰਾ ਦੂਜਾ ਮੁੰਡਾ ਸ਼ਿਹੂ ਵੀ ਛਾਣ ਲਿਆ ਕਿ ਹਾਂ ਕਹਿੰਦੀ ਮੇਰਾ ਪੁੱਤਰ ਮੇਰਾ ਭਾਈ ਮਰ ਗਿਆ ਮੇਰਾ ਨਾਮ ਗੁਰਪ੍ਰੀਤ ਸਿੰਘ ਜੀ ਅਤੇ ਮੇਰੀ ਭੈਣ ਸੋਨਦੀਪ ਕੌਰ ਜੀ ਪਰ ਇਸ ਟਾਈਮ ਹੁਣ ਇਹਨੇ 5 ਗਰਾਈਆਂ 'ਚ ਜਨਮ ਲਿੱਤਾ ਜੀ ਅਤੇ ਪਰ ਉੱਥੇ ਨਾਮ ਇਹਦਾ ਗੁਰਜੋਤ ਆ ਜੀ ਹਾਂ ਪਹਿਲਾਂ ਮਨ ਮੈਂ ਤਾਂ ਪੜ੍ਹਿਆ ਨਹੀਂ ਜੀ ਮੇਰੇ ਭੈਣ ਭਾਈ ਦੋਨੇ ਇਹ ਪੜ੍ਹਨ ਨੂੰ ਪੂਰੀ ਸ਼ਿਆਰਤੀ ਜੀ ਅਤੇ ਇੱਕ ਦਿਨ ਜੀ ਕੀ ਹੋਇਆ ਮਨ ਥੋੜ੍ਹਾ ਜਿਹਾ ਮੈਨੂੰ ਗੁੱਸਾ ਗਿਲਾ ਜੀ ਇਹਨੇ ਘੜੀ ਬੰਨ ਲਈ ਅਤੇ ਮੈਂ ਆਖਿਆ ਭੈਣ ਵੀ ਘੜੀ ਲਾ ਦੇ ਕਿ ਨਹੀਂ ਮੈਂ ਲਾਉਂਦੀ ਨਹੀਂ ਹੈਗੀ ਵੀ ਮੈਂ ਲਾਉਂਦੀ ਨਹੀਂ ਹੈਗੀ ਮੇਰੇ ਤੋਂ ਜੀ ਬੈਠੇ ਤੋਂ ਇਹਦੇ ਗਲਾਸ ਵੱਜੇ ਆ ਜੀ ਅਤੇ ਉਦੋਂ ਬਾਅਦ ਮੈਂ ਵੀ ਬਾਹਰ ਨੂੰ ਵੱਗ ਗਿਆ ਮੰਮੀ ਤੋਂ ਰੋ ਰੋ ਕੇ ਹਟ ਗਈ ਇਹ ਜੀ ਚੱਲ ਉਦੋਂ ਬਾਅਦ ਘੜੀ ਲਾ ਕੇ ਮਨ ਬਾਬਿਆਂ ਦੀ ਉੱਥੇ ਰੱਖਤੀ ਜੀ ਇਹਨੇ ਫੋਟੋ ਮੰਗ ਲਾ ਹਾਂਜੀ ਕਿਉਂ ਅਸੀਂ ਮਨ ਪਤਾ ਲੱਗੇ ਸਾਨੂੰ ਵੀ ਉੱਥੇ ਜਨਮ ਲਿੱਤਾ ਕੁੜੀ ਨੇ ਅਸੀਂ ਆਖਿਆ ਵੀ ਚੱਲ ਆਪਾਂ ਜਾਂਦੇ ਹਾਂ ਪਰ ਅਸੀਂ ਕੋਈ ਗੱਲ ਇਹੀ ਨਹੀਂ ਤੋਰੀ ਪਹਿਲਾਂ ਵੀ ਇਹਨੇ ਸਾਰਾ ਕੁਛ ਸਾਨੂੰ ਦੱਸਿਆ ਮਨ ਮੇਰਾ ਦੋਸਤ ਦੀ ਇੱਕ ਮੇਰੇ ਨਾਲ ਗਿਆ ਜੀ ਪਰ ਉਹ ਟਾਈਮ ਉਹ ਕਹਿੰਦਾ ਵੀ ਤੂੰ ਨਾ ਮੂੰਹ ਅਸੀਂ ਮੈਂ ਕਹੂੰਗਾ ਵੀ ਮੈਂ ਤੇਰਾ ਭਰਾ ਹੈਗਾ ਕਦੇ ਮੇਰਾ ਨਾਮ ਮਾਣਕ ਗਿਆ ਜੀ ਦੋਸਤ ਅਤੇ ਮਨ ਇਹਨੇ ਕਿਹਾ ਜਾ ਕੇ ਮੇਰੀ ਭੈਣ ਨੂੰ ਵੀ ਮੈਂ ਤੇਰਾ ਭਾਈ ਹਾਂ ਇਹ ਕਹਿੰਦੀ ਵੀ ਨਾ ਇਹ ਮੇਰਾ ਗੁਰਪ੍ਰੀਤ ਵੀਰ ਤਾਂ ਇਹ ਹੈ ਅਤੇ ਮਨ ਅਸੀਂ ਅਸੀਂ ਗਿਆ ਤਾਂ ਵੀ ਚੱਲ ਦੇਖਦੇ ਹਾਂ ਵੀ ਕਿਹਨੂੰ ਸਿਆਣਦੀ ਹੈ ਅਤੇ ਪਰ ਇਹਨੇ ਸੋਨਦੀਪ ਨੇ ਕਿਹਾ ਜੀ ਉਦੋਂ ਕਹਿੰਦੀ ਨਾ ਮੇਰਾ ਭਰਾ ਤਾਂ ਇਹ ਗੁਰਪ੍ਰੀਤ ਹੈ ਤੁਹਾਨੂੰ ਕੀ ਯਾਦ ਹੈ ਉਸ ਘਟਨਾ ਦਾ ਮੈਂ ਮੈਂ ਅਸੀਂ ਕੰਮ ਦੇ ਸਿਲਸਿਲੇ 'ਚ ਬੰਗਾਲ 'ਚ ਗਏ ਸੀ ਜੀ ਸਾਨੂੰ ਪਤਾ ਲੱਗਿਆ ਪਿੰਡੋਂ ਵੀ ਦੁਬਾਰਾ ਭੈਣ ਨੇ ਜਨਮ ਲਿੱਤਾ ਗਾ ਅਤੇ ਅਸੀਂ ਜੋ ਗਏ ਉੱਥੇ ਜਾ ਕੇ ਜੀ ਮੈਂ ਇਹਨੂੰ ਕਿਹਾ ਵੀ ਮੈਂ ਤੇਰਾ ਭਰਾ ਹੈਗਾ ਅਤੇ ਇਹਨੇ ਮਤਲਬ ਕੁੜੀ ਨੇ ਸਿਆਣਿਆ ਕਹਿੰਦੀ ਨਾ ਗੁਰਪ੍ਰੀਤ ਮੇਰਾ ਵੀਰਾ ਰੋਹੀ ਇਹ ਹੈਗਾ ਤੂੰ ਨਹੀਂ ਵੀ ਮਤਲਬ ਮੇਰਾ ਭਾਈ ਹੈਗਾ ਅਤੇ ਅਸੀਂ ਜਾਣੀ ਮਾਣ ਮਹਿਸੂਸ ਹੋਇਆ ਵੀ ਸਾਨੂੰ ਚੱਲ ਜੋ ਵੀ ਜਨਮ ਲਿੱਤਾ ਕੁੜੀ ਨੇ ਦੁਬਾਰੇ ਤਾਂ ਸਾਡੀ ਭੈਣ ਅਸੀਂ ਰਿਸ਼ਤੇਦਾਰੀ ਵਾਂਗੂ ਆਉਂਦੇ ਜਾਂਦੇ ਹਾਂ ਹੁਣ ਵੀ ਅਸੀਂ ਵਧੀਆ ਵਰਤਦੇ ਹਾਂ ਜੀ ਵਿਆਹ ਸਾਦੇ ਹੋ ਕੋਈ ਢਿੱਲ ਮਾਠਾ ਹੋਰ ਆ ਪ੍ਰੋਗਰਾਮ ਆ ਕੋਈ ਨਹੀਂ ਜਦੋਂ ਇਹਦਾ ਜੀ ਕਰਦਾ ਮਿਲਣ ਨੂੰ ਇਹ ਆ ਜਾਂਦੇ ਨੇ ਜੀ ਠੀਕ ਹੈ ਮੰਮੀ ਡੈਡੀ ਛੱਡ ਜਾਂਦੇ ਨੇ ਜਾਂ ਮੈਨੂੰ ਫੋਨ ਕਰ ਦਿੰਦੇ ਨੇ ਮੈਂ ਜਾ ਕੇ ਲੈ ਆਉਣਾ ਹੁੰਦਾ ਜੀ ਮਨ ਵਧੀਆ ਸਾਡਾ ਘਰ ਵਾਲਾ ਕੰਮ ਆ ਜੀ ਠੀਕ ਹੈ ਹੁਣ ਵੀ ਸਾਨੂੰ ਐਂ ਨਹੀਂ ਹੈਗਾ ਵੀ ਸਾਡੀ ਕੁੜੀ ਦੀ ਡੈਥ ਹੋ ਗਈ ਸੀ ਜੀ ਅਸੀਂ ਭੈਣ ਭਾਈਆਂ ਵਾਂਗੂ ਹੁਣ ਵੀ ਪੂਰਾ ਵਰਤਦੇ ਹਾਂ ਜੀ ਤੁਹਾਨੂੰ ਕਿੱਦਾਂ ਲੱਗਦਾ ਹੈਗਾ ਡਰ ਤਾਂ ਨਹੀਂ ਲੱਗਦਾ ਇਹਨਾਂ ਨੇ ਤੁਹਾਨੂੰ ਗਲਾਸੇ ਮਾਰੀ ਸੀਗੀ ਕੋਈ ਹੈ ਕੋਈ ਸ਼ਿਕਾਇਤ ਇਹ ਗੁਰਜੋਤ ਕੌਰ ਨੇ ਮੇਰੀ ਬਚਪਨ ਦੀ ਸਹੇਲੀ ਹੈ ਜਦ ਜੀ ਇਹਨਾਂ ਦਾ ਦੁਬਾਰਾ ਜਨਮ ਹੋਇਆ ਤਾਂ ਇਹ ਮਿਲਣ ਆਏ ਸਾਡੇ ਪਿੰਡ ਅਲਾਲ ਅਤੇ ਆਏ ਸੀ ਜਦ ਸਾਨੂੰ ਵੀ ਪਤਾ ਚੱਲਿਆ ਮੈਂ ਬਾਹਰ ਸੀਗੀ ਮੇਰੇ ਬ੍ਰਦਰ ਮੈਨੂੰ ਲੈ ਕੇ ਆਏ ਜਦ ਇੱਥੇ ਮਕਾਨ 'ਚ ਇਹਨਾਂ ਨੇ ਅਤੇ ਬਹੁਤ ਜ਼ਿਆਦਾ ਇਕੱਠ ਸੀਗਾ ਜਦ ਦੇਖਿਆ ਗੁਰਜੋਤ ਨੇ ਮੈਨੂੰ ਪਹਿਲੀ ਵਾਰ ਫਸਟ ਟਾਈਮ ਹੀ ਦੇਖਿਆ ਜਦ ਆਈ ਸੀ ਛੋਟੀ ਹੁੰਦੀ ਇਹ ਅਤੇ ਉਹਦੀ ਇਹਨੇ ਮੈਨੂੰ ਸਾਰਿਆਂ ਸਾਹਮਣੇ ਕਿਹਾ ਵੀ ਉਹ ਆ ਗਏ
पाले भी पाला भी कहते ने मैनू पाले भी कहते ने पाली भी कहते ने स्कूल ज्यादातर मैनू पाली हुई कहते ने ते फिर ये कहते भी मेरी फ्रेंड है ये मेरी सहेली आ गई ये मैनू ओरी जफ्फी पाई इन्हें मैनू मिली तो फिर ये सारे कहते भी तू इनू कि जानती है ये कहें भी मैं ये स्कूल जाती होंगी सी उत्थे असी वो सोया स्कूल पिंड हेड़ी के जाते होंगे सी दोनों जाने कट्ठे जाते होंगे एक साइकिल पर भी जाते रहे असी भी फिर इन्हों सारे कहें भी इन्हों का मकान कितने है भी तेन पता है तो फिर इन्होंने मैं इन्होंने लिया नाल तो वैसे किसी ने कुछ नहीं दस इन्होंने ये खुद ही चले गए अपने मकान साढ़े उधर गए जो फिर इन्होंने दसिया इन्होंने मेरे मम्मी डैडी पहचानिया सिर्फ होर नहीं किसी मैनू बस हाँ जी मैं बहुत खुशी हुई है मेरी बचपन की फ्रेंड मैनू मिली है भी इस तो बड़ी वधिया खुशी होर की हो सकती है भी जिहड़ा बचपन का प्यार है सहेली है मेरी मिल गई मैनू बहुत शुकराना करदे आ वाहिगुरु का जिहड़ा सानू इन्हां नू शामिल किया साढ़े विच हूँ भी थानू उस तरह ही महसूस होंगे ज जब पिछले जद इन मिलते हो या कोई गल करते फोन वगैरह से तो उ प्यार उस तरह का ही लगता हाँ जी हाँ जी मैं फर्क ही नहीं लगता भी ये होर ने कोई कि उ लगता भी उ आ गए हूँ आए थे पहला उतर के अपने मकान ही गए ने इधर अपने घर नहीं आए है फिर जद कहते भी आ गए गुरजोत आ गए हूँ सारे गुरजोत कहते ने बाकी मैं तो हूँ भी सोमदीप सोमा ही कहनी हाँ बड़ी खुशी हुई मालिक साहब नु मिले ਛੁੱਟੀ ਹੁੰਦੀ ਆਉਂਦੀ ਹੁੰਦੀ ਮੇਰੇ ਨਾਲ ਹੀ ਪੈ ਜਾਂਦੀ ਹੁੰਦੀ ਸੀ ਅੱਠ ਦਸ ਦਿਨ ਲਾ ਕੇ ਜਾਂਦੀ ਹੁੰਦੀ ਹੈ ਬਹੁਤ ਛੋਟੀ ਆਉਣ ਲੱਗ ਗਈ ਸੀ ਬਾਈ ਛੋਟੀ ਆਉਣ ਲੱਗੀ ਜਦ ਪਹਿਲੇ ਦਿਨ ਆਈ ਹੈ ਮੈਂ ਸੰਭਰਦੀ ਸੀ ਬਿੰਗ ਮਾਰ ਕੇ ਕਹਿੰਦੀ ਮੰਮੀ ਮੈਂ ਕਹਿਣਾ ਉਹ ਇੱਧਰੋਂ ਫਰੀ ਹੋ ਕੇ ਸੀ ਮੈਂ ਕਹਿਣਾ ਘਰ ਨਾ ਭੁੱਲੇ ਜੀ ਅਤੇ ਮੈਂ ਕਿਹਾ ਕਿਹਨਾਂ ਦੀ ਕੁੜੀ ਹੈ ਤੂੰ ਪੁੱਤ ਕਹਿੰਦੀ ਨਹੀਂ ਮੰਮੀ ਮੈਂ ਤੇਰੀ ਸੋਮਾ ਹਾਂ माता दी फोटो सी उस दिन जिस दिन खत्म हो गया शिव जी नूं बदमा आंदी सी पास सी वरत रखी मैं घड़ी चक के मैं रखती सी मैं कह मैं तो पता नहीं केड़ी घड़ी ले कहिंदी मेरी घड़ी सी देखो किन्ने साल बाद छोटी जी हुंदी सी इंकड़ी दे ते ख्याल सी ते खेल जन तुसी इकट्ठे स्कूल जन दे जे सारे टीचर्स इकट्ठे कर दंदे ते तुन फ्रेंड से ते तुनु इना दी याद रही हां जी सा किने ना पहचानया भी फिर इना नु विश्वास हो गया फिर ਇਹਨਾਂ ਨੇ ਸ਼ੱਕ ਕੀਤਾ ਤੁਹਾਡੇ ਤੇ ਪਹਿਲਾਂ ਤਾਂ ਹੋਇਆ ਨਹੀਂ ਫਿਰ ਮੈਂ ਇਹਨਾਂ ਨੂੰ ਦੱਸਿਆ ਕਿ ਮੈਂ ਬਹੁਤੀਆਂ ਸੋਮਾ ਇਹਨਾਂ ਤੋਂ ਖੇਡਦੀ ਹੁੰਦੀ ਸੀ ਤੇ ਮੈਂ ਦੱਸਿਆ ਫਿਰ ਯਕੀਨ ਆ ਗਈ ਹੋਰ ਕਿਸੇ ਸਹੇਲੀ ਨੂੰ ਯਾਦ ਕੀਤਾ ਤੁਸੀਂ ਇੱਕ ਕਿਰਨ ਹੁੰਦੀ ਸੀ ਕਿਰਨ ਉਹ ਜਾਣ ਸੀ ਪਰ ਉਹਨਾਂ ਨੂੰ ਮਿਲੀ ਨਹੀਂ ਕਿੱਥੇ ਅੱਜ ਕੱਲ੍ਹ ਕਿਰਨ ਮੇਰੀ ਵੀ ਕਿਰਨ ਤਾਂ ਤਾਈ ਦੀ ਕੁੜੀ ਹੈ ਵਿਆਹ ਹੋ ਗਿਆ ਕਿੱਥੇ ਅੱਜ ਕੱਲ੍ਹ ਮੇਰਾ ਨਾਮ ਹੈ ਰਾਜ ਸਿੰਘ ਜਦੋਂ ਸੁਣਤੇ ਸੁਣਤੇ ਗੱਲ ਹੋਈ ਮੇਰਾ ਘਰ ਆ ਦੂਏ ਪਾਸੇ ਪਿੰਡ ਦੇ ਅਸੀਂ ਅੱਡੇ ਪਰ ਲਾ ਕੇ ਇਕੱਠੇ ਹੋ ਗਏ ਇੱਥੋਂ ਇਹ ਲੜਕੀ ਆਪੇ ਤੁਰ ਕੇ ਘਰ ਆਈ ਹੈ ਕੁੜੀ ਅਤੇ ਉਹਨੂੰ ਸਾਨੂੰ ਤੱਕ ਜਾਣਦੀ ਵੀ ਨਹੀਂ ਸੀ ਸਾਡੇ ਘਰ ਦੂਏ ਪਾਸੇ ਸੀਗਾ ਉਦੋਂ ਅਸੀਂ ਇਹ ਦੇਖੀਏ ਵੀ ਇੱਥੇ ਪਹੁੰਚ ਵੀ ਛੋਟੀ ਜਿਹੀ ਸੀ ਇੰਨਾ ਕੁਛ ਅਸੀਂ ਦੇਖਿਆ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਹੈਗਾ ਰਣਜੀਤ ਸਿੰਘ ਜੀ ਸਰ ਮੇਰਾ ਕੱਲ੍ਹ ਘਰ ਬਿਲਕੁਲ ਨਾਲ ਹੀ ਹੈ ਜੀ ਇੱਥੇ ਨਾ ਜਦੋਂ ਮੈਂ ਇਕੱਠ ਦੇਖਿਆ ਮੈਂ ਵੀ ਚਾਨ ਚੱਕ ਆ ਗਿਆ ਮੈਂ ਕਿਹਾ ਵੀ ਇਕੱਠ ਕਾਹਦੇ ਵਾਸਤੇ ਹੋਇਆ ਹੋਇਆ ਵੀ ਕੀ ਗੱਲਬਾਤ ਆ ਵੀ ਆਪਾਂ ਦੇਖਦੇ ਹਾਂਗੇ ਉਹ ਜਦੋਂ ਮੈਂ ਉਰੇ ਪਹੁੰਚਿਆ ਜੀ ਆਪਣੇ ਦੱਸਣ ਲੱਗ ਗਏ ਮੈਂ ਆ ਕੇ ਪੁੱਛਿਆ ਵੀ ਕੀ ਗੱਲਬਾਤ ਹੋ ਗਈ ਵੀ ਕਾਹਦਾ ਇਕੱਠ ਹੈ ਉਹ ਕਹਿੰਦੇ ਵੀ ਗੁੜੀਆ ਜਿਹੜੀ ਗੁੜੀਆ ਦੀ ਪਹਿਲਾਂ ਡੈਥ ਹੋ ਗਈ ਸੀਗੀ ਵੀ ਉਹਨੇ ਦੁਬਾਰੇ ਜਨਮ ਲੈ ਲਿਆ ਫਿਰ ਮੈਂ ਉਰੇ ਪੁੱਛਣ ਲੱਗਿਆ ਜੀ ਮੈਂ ਕਿਹਾ ਵੀ ਐਂ ਕਿਵੇਂ ਹੋ ਸਕਦਾ ਗਾ ਉਦੋਂ ਸਾਰੀਆਂ ਗੱਲਾਂ ਦੱਸਣ ਲੱਗ ਗਏ ਮੈਂ ਵੀ ਐਂ ਤਾਂ ਨਹੀਂ ਯਕੀਨ ਹੁੰਦਾ ਹੈਗਾ ਵੀ ਐਂ ਕਿਵੇਂ ਹੋ ਸਕਦਾ ਗਾ
ਜਦੋਂ ਇਦੋਂ ਬਾਅਦ ਸਾਰਾ ਇਕੱਠ ਹੋਈ ਕਿਤੇ ਕੋਈ ਪੁੱਛਿਆ ਕਰੇ ਗੁੱਡੀਆਂ ਨੂੰ ਕਿਤੇ ਮਤਲਬ ਕਿ ਕੋਈ ਪੁੱਛਿਆ ਕਰੇ ਸਾਰੀਆਂ ਗੱਲਾਂ ਪੁੱਛਣ ਲੱਗੇ ਵੀ ਕੀ ਗੱਲਬਾਤ ਹੈ ਵੀ ਭਾਈ ਗੁੱਡੀਆ ਤੈਨੂੰ ਕਿਵੇਂ ਪਤਾ ਵੀ ਤੇਰਾ ਦੁਬਾਰਾ ਹੀ ਜਨਮਾਂਗਾ ਉਹ ਜਿਹੜੀਆਂ ਕੁਛ ਚੀਜ਼ਾਂ ਸੀ ਉਹਦੀਆਂ ਪਹਿਲਾਂ ਵਾਲੇ ਜਨਮ ਦੀਆਂ ਪਈਆਂ ਸੀਗੀਆਂ ਜਿਵੇਂ ਇੱਕ ਘੜੀ ਦੱਸਦੀ ਸੀ ਗੁੱਡੀਆ ਇੱਕ ਸੂਟ ਦੱਸਦੀ ਸੀ ਮੇਰਾ ਕਾਲਾ ਸੂਟ ਆ ਇੱਥੇ ਪਿਆ ਟੈਂਕ ਦੇ ਵਿੱਚ ਪਿਆ ਮੇਰੀ ਘੜੀ ਆਹ ਜਗ੍ਹਾ 'ਤੇ ਪਈ ਆ ਵੀ ਇੱਕ ਮੇਰਾ ਕੇਲਾ ਲਾਇਆ ਹੋਇਆ ਸੀਗਾ ਉਹਦੇ ਵਿੱਚ ਮੈਂ ਪਾਣੀ ਪਾਉਂਦੀ ਹੁੰਦੀ ਸੀ ਮਤਲਬ ਜਿਹੜੀਆਂ ਵੀ ਨਿਸ਼ਾਨੀ ਉਹਦੇ ਘਰ ਦੀਆਂ ਜਿੱਦਾਂ ਮਤਲਬ ਕਿ ਵੀ ਰਹਿੰਦੀ ਸੀ ਜਾਂ ਮੇਰੀ ਆਹ ਚੀਜ਼ ਐਵੇਂ ਸੀ ਆਹ ਚੀਜ਼ ਐਵੇਂ ਸੀ ਸਾਰੀਆਂ ਗੱਲਾਂ ਉਹਨੇ ਕਲੀਅਰ ਦੱਸੀਆਂ ਜੀ ਫਿਰ ਥੋੜ੍ਹਾ ਥੋੜ੍ਹਾ ਮਨ ਨੂੰ ਐਂ ਹੋਣ ਲੱਗ ਗਿਆ ਵੀ ਯਾਰ ਵਾਕਈ ਗੱਲ ਸਹੀ ਹੋ ਸਕਦੀ ਹੈ ਵੀ ਜਦੋਂ ਪਹਿਲਾਂ ਤਾਂ ਕਿਸੇ ਨੂੰ ਪਤਾ ਨਹੀਂ ਹੁੰਦਾ ਵੀ ਜੇ ਕੋਈ ਪਹਿਲਾਂ ਦੀ ਗੱਲ ਗੁੱਡੀਆਂ ਨੂੰ ਪਤਾ ਕੁਛ ਨਿਸ਼ਾਨੀਆਂ ਪਤਾ ਨੇ ਤਾਂ ਹੀ ਉਹ ਕਹਿ ਰਹੀ ਹੈ ਮੇਰਾ ਦੁਬਾਰੇ ਜਨਮ ਹੋਇਆ ਅਤੇ ਫਿਰ ਇਸ ਤੋਂ ਬਾਅਦ ਹੀ ਹੋਰ ਨਿਸ਼ਾਨੀਆਂ ਪੁੱਛਣ ਲੱਗ ਗਏ ਵੀ ਤੇਰੇ ਨਾਲ ਕੁੜੀਆਂ ਪੜ੍ਹਦੀਆਂ ਹੁੰਦੀਆਂ ਸੀਗੀਆਂ ਵੀ ਤੂੰ ਕਿਹਨੂੰ ਕਿਹਨੂੰ ਜਾਣਦੇ ਆ ਕੁਛ ਕੁੜੀਆਂ ਨੇ ਉਹਨੇ ਨਾਮ ਵੀ ਦੱਸੇ ਜਿਹੜੀ ਮੰਨ ਲਓ ਵੀ ਉਹਦੀ ਦਸਵੀਂ ਦੀ ਫੋਟੋ ਪਲੱਸ ਟੂ ਦੀ ਫੋਟੋ ਗਰੁੱਪ ਫੋਟੋ ਹੁੰਦੀ ਹੈ ਜੀ ਉਹਦੇ ਵਿੱਚ ਜਿਹੜੀਆਂ ਸਾਡੇ ਪਿੰਡ ਦੀਆਂ ਕੁੜੀਆਂ ਸੀਗੀਆਂ ਨਾਲ ਉਹਦੇ ਜਾਂਦੀਆਂ ਹੁੰਦੀਆਂ ਸੀ ਉਹ ਫੋਟੋਆਂ ਦੇਖ ਕੇ ਇਕੱਲੀ ਇਕੱਲੀ ਫੋਟੋ ਉਹਨੇ ਕਲੀਅਰ ਕਰਤੀ ਵੀ ਹਾਂ ਆਹ ਕੁੜੀ ਮੇਰੇ ਨਾਲ ਜਾਂਦੀ ਹੁੰਦੀ ਸੀ ਇਹਨਾਂ ਦੀ ਕੁੜੀ ਆ ਬਾਕੀ ਗੁਆਂਢ 'ਚ ਜਿਹਦੇ ਘਰ ਜਾਂਦੀ ਸੀ ਮੈਂ ਆਹ ਖਾਣ ਪੀਣ ਨੂੰ ਮੰਗ ਲੈਂਦੀ ਸੀ ਜਾਂ ਗੱਲ ਕਹਿੰਦੀ ਜਾਂ ਮੇਰੀ ਆਹ ਚਾਚੀ ਲੱਗਦੀ ਜਾਂ ਤਾਈ ਲੱਗਦੀ ਆ ਫਿਰ ਆਪਣੇ ਮਨ ਨੂੰ ਥੋੜ੍ਹਾ ਜਿਹਾ ਹੋਰ ਫੀਲ ਹੋਇਆ ਵੀ ਗੱਲ ਵਾਕਈ ਸਹੀ ਹੋ ਸਕਦੀ ਫਿਰ ਆ ਮੇਰੀ ਬੇਟੀ ਨਾਲ ਬਥੇਰਾ ਪਿਆਰ ਸੀ ਉਹਦਾ ਪੜ੍ਹਦੀਆਂ ਸੀ ਬੱਚੀਆਂ ਹੁਣ ਜੀ ਉਸ ਤੋਂ ਬਾਅਦ ਮੇਰੀਆਂ ਪੋਤੀਆਂ ਨਾਲ ਬਥੇਰਾ ਪਿਆਰ ਆ ਉਹਦਾ ਜੀ ਇੱਥੇ ਆਉਂਦੀ ਹੈ ਮੇਰੀਆਂ ਪੋਤੀਆਂ ਕੋਲ ਬਹਿੰਦੀ ਖੜਦੀ ਇਹਨਾਂ ਨਾਲ ਹੀ ਪੈਂਦੀ ਹੈ ਉੱਥੇ ਰਹਿੰਦੀ ਆ ਸਾਰਾ ਦਿਨ ਜਿਸ ਦਿਨ ਪਹਿਲੀ ਦਫਾ ਵਾਪਿਸ ਆਈ ਕੁੜੀ ਹੁਣ ਵਾਲੀ ਤੇ ਤੁਸੀਂ ਇੱਥੇ ਸੀਗੇ ਕੀ ਹੋਇਆ ਉਸ ਦਿਨ ਉਹਨੇ ਸਾਰਿਆਂ ਨੂੰ ਬਿਆਨ ਲਿਆ ਕਦੇ ਗੁਆਂਢੀਆਂ ਦੀ ਬਹੂ ਇਹਨੂੰ ਕਦੀ ਵੀ ਤੂੰ ਭਾਬੀਆਂ ਗੱਤ ਪਾਲ ਦੇ ਘਰ ਵਾਲੀਆਂ ਸਾਰੇ ਕਈ ਜਣਿਆਂ ਨੂੰ ਸਿਆਣਿਆ ਉਹਨੇ ਮੈਨੂੰ ਵੀ ਸਿਆਣ ਲਿਆ ਜਿਹੜੇ ਸਾਡੇ ਮੁੰਡਾ ਨੇ ਉਹਦੇ ਸਿਆਣ 'ਚ ਆਇਆ ਇੱਕ ਮੈਨੂੰ ਉਹਨੇ ਸਿਆਣ ਲਿਆ ਆਪਦੀ ਸਹੇਲੀ ਸਿਆਣ ਲਈ ਫਿਰ ਹੁਣ ਉਹ ਤੋਂ ਬਾਅਦ ਮੇਰੇ ਬੇਟੇ ਦਾ ਵਿਆਹ ਹੋਇਆ ਵਿਆਹ ਵੀ ਦਿੰਦੀ ਅਸੀਂ ਆ ਕੇ ਜੀ ਆਉਂਦੀ ਜਾਂਦੀ ਆ ਵਧੀਆ ਡੋਲੂ ਕਿਹਨੂੰ ਦਿੱਤਾ ਸੀ ਹਾਂਜੀ ਕਹਿੰਦੇ ਕੋਈ ਡੋਲੂ ਦੇ ਕੇ ਕਿਸੇ ਉਹ ਦੂਜੇ ਹੈਗੇ ਉਹ ਹੋਰ ਪਾਸੇ ਉਦੋਂ ਦੋ ਹੋਰ ਕੀ ਕੁਛ ਯਾਦ ਉਸ ਵਕਤ ਦਾ ਜਦੋਂ ਪਹਿਲੀ ਦਫਾ ਆਈ ਬਸ ਪਹਿਲੀ ਦਫਾ ਆਈ ਇਕੱਠ ਹੋ ਗਿਆ ਬਾਲੀ ਇਕੱਠ ਹੋ ਗਿਆ ਚੰਪ ਮੰਗ ਹੋ ਗਿਆ ਸਾਰੀ ਦੁਨੀਆ ਇਕੱਠੀ ਹੋ ਗਈ ਇੱਥੇ ਖੜਨ ਨੂੰ ਥਾਂ ਨਹੀਂ ਸੀਗਾ ਆਲਾ ਦੁਆਲਾ ਸਾਰਾ ਭਰਿਆ ਹੋਇਆ ਸੀਗਾ ਵੀ ਐਂ ਕਰਕੇ ਫਲਾਨੇ ਕੁੜੀਆਂ ਯਾਰ ਮਰਿਆ ਗਿਆ ਫਲਾਨੇ ਕੁੜੀਆਂ ਯਾਰ ਮਰਿਆ ਗਿਆ ਵੀ ਖੜਨ ਨੂੰ ਥਾਂ ਨਹੀਂ ਸੀ ਬਸ ਇਕੱਲੀ ਗੱਲ ਹੀ ਹੁੰਦੀ ਸੀ ਬਸ ਇਕੱਲੇ ਹੀ ਬੋਲਦੇ ਵੀ ਤੂੰ ਮੈਨੂੰ ਸਹਿਣ ਲਿਆ ਹਾਂ ਕਹਿੰਦੀ ਮੈਂ ਤੈਨੂੰ ਸਹਿਣ ਲਿਆ ਤੂੰ ਪੁਰਾਣੀ ਹੈ ਜਿਹੜੀ ਇੱਕ ਦੋ ਤਾਂ ਉਹਦੇ ਸਿਆਣ 'ਚ ਆ ਗਈ ਜਦੋਂ ਬਾਹਰ ਇਕੱਠ ਜਾਓਗੇ ਫਿਰ ਉਹਨੂੰ ਐਂ ਹੋਵੇ ਵੀ ਇੰਨਾ ਇਕੱਠ ਹੋ ਗਏ ਨਿਆਣੂ ਹੀ ਸੀ ਨਾ ਪਰਮਜੀਤ ਤੁਹਾਨੂੰ ਕੀ ਯਾਦ ਹੈ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਸਰ ਜਿੱਥੇ ਉਹ ਆਈ ਹੈ ਜੀ ਉਸਨੇ ਉਸ ਦਿਨ ਇੱਥੇ ਇਕੱਠ ਹੋ ਗਿਆ ਜਦ ਪਰਿਵਾਰ ਅਸੀਂ ਸਾਰੇ ਆਏ ਅਤੇ ਇੱਕ ਦੂਜੇ ਦੇ ਮੂੰਹ ਦੀ ਹੋ ਕੇ ਪੁੱਛਦੇ ਸੀਗੇ ਵੀ ਤੂੰ ਮੈਨੂੰ ਜਾਣਦੀ ਹੈ ਜਾਂ ਮੈਨੂੰ ਜਾਣਦੀ ਹੈ ਮੈਂ ਵੀ ਪੁੱਛਿਆ ਮਾਂ ਮੈਨੂੰ ਜਾਣਦੀ ਹੈ ਕਹਿੰਦੀ ਹਾਂ ਮੈਂ ਜਾਣਦੀ ਹਾਂ ਮਾਂ ਅੱਛਾ ਹੋਰ ਫਿਰ ਮਾਂ ਜੇ ਘੜੀ ਸੀ ਤੇਰੇ ਕੋਲ ਮਾਂ ਤੂੰ ਘੜੀ ਕਿੱਥੇ ਆਏਗੀ ਤੇਰੀ ਕਹਿੰਦੀ ਮੇਰੀ ਘੜੀ ਮੇਰੀ ਕਦੇ ਵੀ ਕੋਈ ਕੁਛ ਕਹੀ ਜਾਵੇ ਲੋਕ ਕਹਿੰਦੇ ਵੀ ਐਂ ਹੈ ਸਾਨੂੰ ਵਿਸ਼ਵਾਸ ਹੈ ਵੀ ਸਾਡੀ ਕੁੜੀ ਹੈ ਜੋ ਇਹਦੇ ਪਹਿਲੇ ਜਨਮ 'ਚ ਵੀ ਉਹੀ ਆਦਤ ਸੀ ਸਾਫ਼ ਸਫਾਈ ਕਰਨਾ ਸਬਜ਼ੀ ਕੱਟਣਾ ਝਾੜੂ ਲਾਉਣਾ ਪੋਚਾ ਲਾਉਣਾ ਸਾਰਾ ਕੰਮ ਇਹੀ ਕਰਦੀ ਸੀ ਚਾਹ ਪਾਣੀ ਰੋਟੀ ਟੁੱਕ ਸਬਜ਼ੀ ਹੁੰਦੀ ਸੀ ਜੇ ਹੁਣ ਵੀ ਕਦੇ ਆ ਜੇ ਛੋਟੀ ਹੁੰਦੀ ਸੀ ਹੁਣ ਤਾਂ ਬੜੀ ਹੋ ਗਈ ਉਦੋਂ ਵੀ ਕਹਿੰਦੀ ਹੁੰਦੀ ਮੰਮੀ ਲੈ ਮੈਂ ਸਬਜ਼ੀ ਕੱਟਦੀ ਹਾਂ ਤੂੰ ਆਹ ਕੰਮ ਕਰ ਲੈ ਝਾੜੂ ਲਾਉਂਦੀ ਸਾਰਾ ਕੰਮ ਕਰਦੀ ਹੈ ਕਹਿੰਦੇ ਜਦ ਮੈਂ ਵੱਡੀ ਹੋ ਗਈ ਕਹਿੰਦੇ ਮੰਮੀ ਮੈਂ ਸਾਰਾ ਕੰਮ ਕਰਿਆ ਕਰੂੰਗੀ ਤੂੰ ਨਾ ਕਰਿਆ ਮੈਂ ਕਿਹਾ ਉੱਥੇ ਖਾਊਂਗੀ ਯਾਰ ਹਾਂ ਰੋਟੀ ਤਿਆਰ ਬਣੀ ਮੇਰੀ ਜੀ ਪੰਜ ਗਰਾਈਆਂ ਕਰਮ ਅੱਗੇ ਆਏਗਾ ਤੇ ਪਰ ਕਹਿੰਦੀ ਮੈਂ ਰੋਟੀ ਹਾਂ ਮੰਮੀ ਲਵੇ ਖਾਊਂ ਉੱਥੇ ਇੱਥੇ ਆ ਕੇ ਬਸ ਰੋਟੀ ਖਾਊ ਮੰਮੀ ਆਦੀ ਜੀ ਨਹੀਂ ਜੇ ਮੈਂ ਅੱਗੇ ਕਰਦੀ ਹੁੰਦੀ ਸੀ ਬਸ ਉਹ ਮੇਰੀ ਕੋਈ ਹੁਣ ਵੀ ਐ ਕਰਦੀ ਹੈ ਪਿਆਰ ਅੱਛਾ ਸਿਲਾਈ ਕਢਾਈ ਜਾਣਦੀ ਸੀ ਕਿ ਪਿਛਲੇ ਜਨਮ ਚ ਇਹ ਹਾਂ ਜੀ ਕਿਨੇ ਸਿਖਾਈ ਸੀ ਕਿੱਦਾਂ ਸਿੱਖੀ ਸੀ ਇਹ ਆਪਦੇ ਭੂਆ ਕੋਲ ਗਈ ਸੀ ਪਿਛਲੇ ਜਨਮ ਸੋਮਾ ਜਿਹੜੀ ਸੀ ਹਾਂ ਜਿਹੜੀ ਸੋਮਾ ਸੀ ਭੂਆ ਨੇ ਸਿਖਾਈ ਸੀ ਹਾਂ ਇੱਕ ਰਾਜੋ ਮਾਜਰੇ ਵੀ ਨਾਗਰੇ ਸਿੱਖਦੀ ਸੀ ਇੱਕ ਸਾਲ ਉੱਥੇ ਲੱਗੀ ਹੋਈ ਸੀ
Raj Kaur and Sukhdev Singh lose no opportunity to visit Gurjot Kaur and her present parents at their home in Panjgraya. It's an exciting and emotional reunion. It's a rather lonely life now for Raj Kaur and Sukhdev Singh, who had three children. The house was full of laughter. मैं पहले स्कूल चले गई, स्कूल जाके मेरे दिमाग मेरे कोई वो पता ही नहीं लग गया जी भी की हुआ मेरे कर मैं ऐसे भी मैं जाके मेरी लड़की ने देखो भी साठी कितनी लगी हुई है मैं कर रही है भगवान चल लत बाम टूट गई कोई चला दे मंजे ते बैठू मैं ते सेवा करूँ पर जान बच ते दो साल बाद फिर मेरे लड़का मुक गया सी वो भी दसवीं च पढ़ता सी 2007 च वो 2005 च मुक्की सी 2007 च ही मुक गया ऐ तो चल इहदे वालों तो हो जांदा जी चल भी जन्म ले लिया हुण मेरे बेटा है वो पता नहीं कितने जन्म लिया हो कितने वो कदे सानू सुपने च भी नहीं दिखाई देता. Now, Gurpreet Singh, their only surviving son, lives and works in Alal, while Sukhdev Singh works in a shuttering workshop in Landra, about 150 kilometers from their home, to make a living. The double tragedy has left deep scars on their minds, and as a result, their health has suffered. Raj Kaur says she is unable to sleep all night because her mind keeps going back to the good old days at Alal, where her children were with her.